ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੋਣਾ ਹੈ ਕਿ ਇਹ ਅੱਗ ਕਿਵੇਂ ਲੱਗੀ ਹੈ, ਕਿਸਨੇ ਲਗਾਈ ਹੈ, ਕਿਉਂ ਲੱਗੀ ਹੈ। ਤਾਂ ਤਸਵੀਰ ਤੁਹਾਨੂੰ ਜਿਹੜੀ ਅਸੀਂ ਦਿਖਾ ਰਹੇ ਹਾਂ, ਪਿੱਛੇ ਹਲੇ ਵੀ ਤੁਸੀਂ ਦੇਖ ਸਕਦੇ ਹੋ ਅੱਗ ਲੱਗੀ ਹੋਈ ਹੈ, ਠੰਡੀ ਹੋ ਰਹੀ ਹੈ ਅੱਗ। ਪਰ ਇਹ ਕਿਉਂ ਲਗਾਈ ਗਈ ਹੈ ਤੁਹਾਨੂੰ ਦੱਸਦੇ ਹਾਂ, ਇਹ ਅਚਾਨਕ ਨਹੀਂ ਲੱਗੀ, ਇਹ ਅੱਗ ਆਪ ਲਗਾਈ ਗਈ ਹੈ। ਇੱਕ ਮਾਡਲ ਜਿਹੜਾ ਤਿਆਰ ਕੀਤਾ ਗਿਆ, ਇੱਕ ਡੈਮੋ ਤੁਹਾਨੂੰ ਦਿਖਾਉਣ ਦੇ ਲਈ ਅਸੀਂ ਇੱਥੇ ਮੌਜੂਦ ਹਾਂ। ਜਿੰਨੀ ਮਰਜ਼ੀ ਅੱਗ ਲੱਗੀ ਹੋਵੇ, ਜਿੱਥੇ ਗੁਰੂ ਮਹਾਰਾਜ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਥੇ ਬਿਰਾਜਮਾਨ ਹੋਣਗੇ, ਬਿਲਕੁਲ ਠੰਡਾ, ਇੱਥੇ ਹੀਟ ਬਿਲਕੁਲ ਨਹੀਂ ਜਾਂਦੀ। ਸੋ ਇਸ ਕਰਕੇ ਹਾਲਾਂਕਿ ਅੱਗ ਇੱਥੇ ਤੱਕ ਪਹੁੰਚੀ ਹੈ, ਤਾਂ ਪਾਲਕੀ ਸਾਹਿਬ ਦੀ ਤਸਵੀਰ ਜੇ ਕੈਮਰਾਮੈਨ ਪਰਵਿੰਦਰ ਤੁਹਾਨੂੰ ਦਿਖਾਉਣਗੇ, ਜੇ ਇੱਥੇ ਸਰੂਪ ਨੇ ਤਾਂ ਇੱਥੇ ਤੱਕ ਲੱਟਾਂ ਪਹੁੰਚੀਆਂ ਨੇ। ਪਰ ਪਾਲਕੀ ਸਾਹਿਬ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਪੂਰੀ ਟੱਕੀ ਜਾਂਦੀ ਹੈ। ਤਾਂ ਇਹ ਦੇਖੋ, ਇੱਥੇ ਤੱਕ ਲੱਟਾਂ ਪਹੁੰਚੀਆਂ ਨੇ, ਇਹ ਕਾਲਕ ਤੁਸੀਂ ਦੇਖ ਸਕਦੇ ਹੋ। ਪਰ ਇੱਥੇ ਹੁਣੇ ਹੁਣੇ ਅੱਗ ਲੱਗ ਕੇ ਹਟੀ ਹੈ, ਅਤੇ ਮੈਂ ਇੱਥੇ ਹੱਥ ਰੱਖਿਆ, ਬਿਲਕੁਲ ਠੰਡਾ, ਇੱਥੇ ਤੱਕ ਅੱਗ ਜਾਂ ਹੀਟ ਨਹੀਂ ਪਹੁੰਚੀ। ਸਭ ਤੋਂ ਪਹਿਲ ਦੇ ਆਧਾਰ ਤੇ ਅਸੀਂ ਇੱਕ ਪਾਲਕੀ ਸਾਹਿਬ, ਇੱਕ ਪਾਲਕੀ ਬੈੱਡ ਅਸੀਂ ਇਹ ਬਣਾਇਆ, ਇਹਨੂੰ ਅਸੀਂ ਫਾਇਰ ਪ੍ਰੂਫ ਪਾਲਕੀ ਸਾਹਿਬ ਕਹਿੰਦੇ ਹਾਂ। ਇਹ ਸਾਰਾ ਮੈਕੈਨੀਕਲ ਜਿਹੜਾ ਸਿਸਟਮ ਹੈ, ਇਹਨੂੰ ਕਿਸੇ ਵੀ ਬਿਜਲੀ ਦੀ ਲੋੜ ਨਹੀਂ, ਕਿਸੇ ਵੀ ਬੈਟਰੀ ਦੀ ਲੋੜ ਨਹੀਂ। ਜਸਟ ਇਹਨੂੰ ਇੱਕ ਇੱਕ ਛੋਟਾ ਜਿਹਾ ਸੈੱਲ ਹੈ ਜਿਹੜਾ ਕਿ ਇਹਨੂੰ ਇੱਕ ਪਾਵਰ ਦਿੰਦਾ ਰਹਿੰਦਾ, ਜਿਹਦੇ ਤਕਰੀਬਨ ਕੋਈ 7-8 ਸਾਲ ਜਿਹੜਾ ਕਿ ਉਹ ਚੱਲ ਜਾਂਦਾ। ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਤਾਂ ਅਸੀਂ ਸੋਸ਼ਲ ਮੀਡੀਆ 'ਤੇ ਉਸ ਵੀਡੀਓ ਨੂੰ ਦੇਖ ਕੇ, ਜਾਣਕਾਰੀ ਨੂੰ ਸੁਣ ਕੇ ਸਰਵੈਨਾ ਲਿਖ ਦਿੰਦੇ ਹਾਂ ਕਿ ਜਿਸਨੇ ਵੀ ਕੀਤਾ ਉਸਦੇ ਖਿਲਾਫ਼ ਸਖ਼ਤ ਐਕਸ਼ਨ ਲਓ, ਸਜ਼ਾ ਮਿਲਣੀ ਚਾਹੀਦੀ ਹੈ, ਉਸਦੇ ਖਿਲਾਫ਼ ਬਣਦੀ ਕਾਰਵਾਈ ਕਰੋ। ਪਰ ਅਸੀਂ ਸਮਾਜ ਦੇ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਯੋਗਦਾਨ ਕੀ ਪਾ ਰਹੇ ਹਾਂ? ਹਾਲਾਂਕਿ ਇੰਜੀਨੀਅਰ ਨੂੰ ਬਹੁਤ ਅੰਡਰ ਐਸਟੀਮੇਟ ਕੀਤਾ ਜਾਂਦਾ ਹੈ, ਪਰ ਇਸ ਇੰਜੀਨੀਅਰ ਨੇ ਅੱਜ ਜੋ ਕਰ ਦਿਖਾਇਆ ਹੈ, ਕਾਬਿਲੇ ਤਾਰੀਫ ਹੈ। ਕਿ ਜਦੋਂ ਤਾਂ ਦਰਵਾਜ਼ੇ ਦੇ ਥਰੂ ਵੀ ਕੋਈ ਬੰਦਾ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਰਾਤ ਦੇ ਟਾਈਮ ਸ਼ਰਾਰਤੀ ਅੰਸਰ, ਤਾਂ ਵੀ ਹੂਟਰ ਵੱਜਦਾ। ਜੇ ਬਾਈ ਚਾਂਸ ਜਿਹੜਾ ਸ਼ਰਾਰਤੀ ਅੰਸਰ ਹੈ ਉਹ ਕਿਸੇ ਵੀ ਵਿੰਡੋ ਦੇ ਥਰੂ ਜਾਂ ਸ਼ੀਸ਼ਾ ਭੰਨ ਕੇ ਗੁਰਦੁਆਰਾ ਸਾਹਿਬ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਰਾਤ ਦੇ ਟਾਈਮ, ਤਾਂ ਸਾਰੇ ਪਿੰਡ ਨੂੰ ਅਲਰਟ ਹੋ ਜਾਂਦਾ। ਤੁਹਾਨੂੰ ਅਸੀਂ ਇਸਦਾ ਟ੍ਰਾਇਲ ਦਿਖਾਉਂਦੇ ਹਾਂ। ਬਟ ਜਿਹੜਾ ਅਸੀਂ ਸਿਕਿਉਰਿਟੀ ਸਿਸਟਮ ਬਣਾਇਆ, ਤੁਹਾਨੂੰ ਅਸੀਂ ਦਿਖਾਵਾਂਗੇ, ਅਸੀਂ ਇਸਦਾ ਲਾਈਵ ਦਿਖਾਵਾਂਗੇ ਤੁਹਾਨੂੰ ਅਸੀਂ, ਵੀ ਰਾਤ ਦੇ ਟਾਈਮ ਜੇ ਕੋਈ ਵੀ ਚੋਰ ਜਾਂ ਕੋਈ ਸ਼ਰਾਰਤੀ ਅੰਸਰ ਜਦੋਂ ਆਊਗਾ, ਆਹ ਦੇਖੋ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਅਸੀਂ ਦਰਵਾਜ਼ਾ ਖੋਲਿਆ ਅਤੇ ਨਾਲ ਦੀ ਨਾਲ ਜਿਹੜਾ ਇਹ ਹੂਟਰ ਹੈਗਾ ਉਹ ਵੱਜਣ ਲੱਗ ਪੈਂਦਾ, ਭਾਵ ਸਾਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਕਿ ਇਹ ਸਿਸਟਮ ਹੈਗਾ ਆ, ਇਹ ਆ, ਇਹ ਸਾਰਾ ਸਿਸਟਮ। ਕਿੰਨੇ ਕਿਲੋਮੀਟਰ ਤੱਕ ਆਵਾਜ਼ ਜਾਂਦੀ ਹੈ ਅਲਾਰਮ ਦੀ? ਇਹ ਮਤਲਬ ਵੀ ਇੱਥੇ ਆ ਜੀ, ਆਪਾਂ ਤਾਂ ਦੂਸਰੀ ਫਿਰਨੀ ਤੱਕ ਪੂਰੀ ਆਵਾਜ਼ ਆਉਂਦੀ ਹੈ, ਪਿੰਡ ਦੇ ਚਾਰ ਸਫੇਰੇ ਤੱਕ ਪੂਰੀ ਆਵਾਜ਼ ਆਉਂਦੀ ਹੈ ਅਲਾਰਮ ਦੀ। ਮੈਂ ਦਰਵਾਜ਼ਾ ਬੰਦ ਕਰਤਾ ਜੀ ਇਸ ਵਕਤ, ਹੁਣ ਮੈਂ ਲੋਕ ਲਾਤਾ ਜੀ ਸਿਕਿਉਰਿਟੀ ਸਿਸਟਮ, ਕਿ ਹੁਣ ਮੇਰੀ ਗੈਰ ਹਾਜ਼ਰੀ 'ਚ ਕੋਈ ਵੀ ਇੱਥੇ ਆਉਂਦਾ ਇਹ ਸਾਰੇ ਪਿੰਡ ਨੂੰ ਅਲਰਟ ਕਰਦਾ ਜੀ, ਭਾਵੇਂ ਦਿਨੇ ਅਤੇ ਭਾਵੇਂ ਰਾਤ ਨੂੰ। ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਕਿ ਇੱਕ ਅੰਸਰ ਆਇਆ, ਤਾਂ ਨਾਲ ਦੀ ਨਾਲ ਹੀ ਜਦੋਂ ਅਲਾਰਮ ਸਿਸਟਮ ਵੱਜਿਆ ਅਤੇ ਨਾਲ ਦੀ ਨਾਲ ਉਹ ਬਾਹਰ ਹੋ ਗਿਆ, ਭਾਵ ਅਸੀਂ ਤੁਹਾਨੂੰ ਟ੍ਰਾਇਲ ਕਰਕੇ ਦਿਖਾ ਰਹੇ ਹਾਂ, ਭਾਵ ਇਹ ਹੈ ਕਿ ਸ਼ਰਾਰਤੀ ਅੰਸਰ ਨੂੰ ਪਤਾ ਲੱਗ ਗਿਆ ਕਿ ਹੁਣ ਮੇਰੇ 'ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾ। ਕੋਈ ਪੰਜਾਬ ਦੀ ਜਥੇਬੰਦੀ ਜਿਹਨੇ ਤੁਹਾਨੂੰ ਤੁਹਾਡੇ ਤੱਕ ਪਹੁੰਚ ਕੀਤੀ ਹੋਏ ਇਸ ਪਾਲਕੀ ਸਾਹਿਬ ਨੂੰ ਲੈ ਕੇ, ਇਸ ਪ੍ਰੋਜੈਕਟ ਨੂੰ ਲੈ ਕੇ ਖੁਸ਼ੀ ਹੋਈ ਹੋਏ ਉਹਨਾਂ ਦੇ ਮਨਾਂ ਦੇ ਅੰਦਰ, ਅਤੇ ਉਹਨਾਂ ਨੇ ਕਿਹਾ ਹੋਇਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਇੰਸਟਾਲ ਕਰਨ ਲਈ ਸਾਨੂੰ ਇਹ ਤੁਹਾਡੀ ਤਿਆਰ ਕੀਤੀ ਹੋਈ ਪਾਲਕੀ ਸਾਹਿਬ ਚਾਹੀਦੀ, ਤਾਂ ਕਿ ਬੇਅਦਬੀਆਂ ਨਾ ਹੋਣ?
ਪਰ ਅਸੀਂ ਆਪਦੇ ਲੈਵਲ 'ਤੇ ਹੀ ਅਸੀਂ ਇਹ ਬਣਾਈ ਆ, ਸਾਨੂੰ ਕਿਸੇ ਜਥੇਬੰਦੀ ਦਾ ਜਾਂ ਕਿਸੇ ਦਾ ਵੀ ਹੋਰ ਕਿਸੇ ਦਾ ਵੀ ਸਹਿਯੋਗ ਨਹੀਂ ਹੈ, ਇਹ ਸਿਰਫ ਸਾਨੂੰ ਇੱਕ ਪਰਮਾਤਮਾ ਦੀ ਮਿਹਰ ਨਾਲ ਹੀ ਜਿਹੜਾ ਸਾਰਾ ਕੰਮ ਆ ਅਸੀਂ ਆਪਦੇ ਲੈਵਲ 'ਤੇ ਕਰ ਰਹੇ ਹਾਂ। ਇਹ ਜਿਹੜੀ ਸੈਂਸਿੰਗ ਆ ਉਹ ਬਹੁਤ ਜ਼ਬਰਦਸਤ ਹੈ, ਇਹ ਭਾਵੇਂ 10 ਫੁੱਟ ਦਾ ਥੜਾ ਹੋਵੇ, ਥੜੇ ਤੇ ਜਿੱਥੇ ਮਰਜ਼ੀ ਅੱਗ ਲੱਗੀ ਹੋਵੇ। ਬਿਜਲੀ ਦੀ ਵਰਤੋਂ ਤਾਂ ਹੋਈ ਹੋਵੇ ਇਸ ਦੇ ਵਿੱਚ? ਬਿਜਲੀ ਦੀ ਵਰਤੋਂ ਬਿਲਕੁਲ ਵੀ ਨਹੀਂ, ਕਿਉਂਕਿ ਜੇ ਬਿਜਲੀ ਦੀ ਵਰਤੋਂ ਹੁੰਦੀ ਤਾਂ ਸ਼ਾਰਟ ਸਰਕਟ ਵੀ ਹੋ ਸਕਦਾ ਸੀ, ਕਿਉਂਕਿ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਇਹੀ ਸੀ ਕਿ ਅਸੀਂ ਇਸ ਨੂੰ ਬਿਨਾਂ ਬਿਜਲੀ ਤੋਂ ਬਣਾਉਣਾ, ਕਿਉਂਕਿ ਜੇ ਇਹ 'ਚ ਬਿਜਲੀ ਹੁੰਦੀ ਹੋ ਸਕਦਾ ਹੈ ਕਿ ਸ਼ਾਰਟ ਸਰਕਟ ਉਹਦੇ ਨਾਲ ਹੀ ਹੋ ਸਕਦਾ ਹੋਵੇ, ਬਟ ਅਸੀਂ ਇਸ ਨੂੰ ਬਿਨਾਂ ਬਿਜਲੀ ਤੋਂ ਬਿਨਾਂ ਕਿਸੇ ਬੈਟਰੀ ਤੋਂ ਅਸੀਂ ਇਸ ਨੂੰ ਬਣਾਇਆ। ਇਹ ਬਿਲਕੁਲ ਸੇਫ ਹੈ, ਅਸੀਂ ਡੇਲੀ ਪੋਸਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਤੁਹਾਡੇ ਤੱਕ ਆਪਣਾ ਜਿਹੜਾ ਕੰਟੈਕਟ ਕਰਾਉਣ ਦੇ ਲਈ ਜਿਨ੍ਹਾਂ ਨੇ ਇਹਨਾਂ ਦੀ ਜਿਹੜੀ ਸੇਵਾ ਜਿਹੜੀ ਇਹ ਕਰ ਰਹੇ ਆ। ਜਿਹੜਾ ਸਾਡਾ ਫੋਨ ਨੰਬਰ ਹੈਗਾ ਜੀ ਉਹ ਹੈਗਾ ਜੀ 88639410000। ਜੇ ਤੁਸੀਂ ਸਾਡੇ ਨਾਲ ਸਿੱਧਾ ਡਾਇਰੈਕਟ ਸੰਪਰਕ ਕਰਨਾ ਚਾਹੁੰਦੇ ਹੋ, ਤੁਸੀਂ 88639410000 'ਤੇ ਸਾਡੇ ਨਾਲ ਤੁਸੀਂ ਡਾਇਰੈਕਟ ਸਿੱਧਾ ਸੰਪਰਕ ਕਰ ਸਕਦੇ ਹੋ। ਡੇਲੀ ਪੋਸਟ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਇਸ ਵੇਲੇ ਅਸੀਂ ਜੀਰਾ ਮੌਜੂਦ ਹਾਂ, ਤਾਂ ਇੱਥੇ ਜੋ ਤੁਸੀਂ ਤਸਵੀਰ ਦੇਖੀ ਹੈ, ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੋਣਾ ਹੈ ਕਿ ਇਹ ਅੱਗ ਕਿਵੇਂ ਲੱਗੀ ਹੈ, ਕਿਸਨੇ ਲਗਾਈ ਹੈ, ਕਿਉਂ ਲੱਗੀ ਹੈ। ਤਾਂ ਤਸਵੀਰ ਤੁਹਾਨੂੰ ਜਿਹੜੀ ਅਸੀਂ ਦਿਖਾ ਰਹੇ ਹਾਂ, ਪਿੱਛੇ ਹਲੇ ਵੀ ਤੁਸੀਂ ਦੇਖ ਸਕਦੇ ਹੋ ਅੱਗ ਲੱਗੀ ਹੋਈ ਹੈ, ਠੰਡੀ ਹੋ ਰਹੀ ਹੈ ਅੱਗ, ਪਰ ਇਹ ਕਿਉਂ ਲਗਾਈ ਗਈ ਹੈ ਤੁਹਾਨੂੰ ਦੱਸਦੇ ਹਾਂ। ਇਹ ਅਚਾਨਕ ਨਹੀਂ ਲੱਗੀ, ਇਹ ਅੱਗ ਆਪ ਲਗਾਈ ਗਈ ਹੈ, ਇੱਕ ਮਾਡਲ ਜਿਹੜਾ ਤਿਆਰ ਕੀਤਾ ਗਿਆ, ਇੱਕ ਡੈਮੋ ਤੁਹਾਨੂੰ ਦਿਖਾਉਣ ਦੇ ਲਈ ਅਸੀਂ ਇੱਥੇ ਮੌਜੂਦ ਹਾਂ। ਮੇਰੇ ਨਾਲ ਇੰਜੀਨੀਅਰ ਪਵਿੱਤਰ ਬਰਾੜ ਮੌਜੂਦ ਨੇ, ਬਹੁਤ ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬੀ ਦੇ ਵਿੱਚ। ਅਤੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ, ਕਿਉਂਕਿ ਵੀਡੀਓ ਦੇਖ ਚੁੱਕੇ ਨੇ, ਇਸ ਤੋਂ ਪਹਿਲਾਂ ਅੱਗ ਲੱਗੀ ਹੈ ਔਰ ਬਹੁਤ ਤੇਜ਼ ਅੱਗ ਲੱਗੀ ਹੈ, ਜਿਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਇੱਥੇ ਦੇਖ ਸਕਦੇ ਹਾਂ ਪਾਲਕੀ ਹੈ, ਉੱਥੇ ਪੀੜਾ ਸਾਹਿਬ ਦੇ ਹੇਠਾਂ ਵੀ ਅੱਗ ਲੱਗੀ ਸੀ, ਰੁਮਾਲਾ ਸਾਹਿਬ ਨੂੰ ਅੱਗ ਲੱਗ ਚੁੱਕੀ ਹੈ। ਤਾਂ ਮਕਸਦ ਕੀ ਸੀ ਇਹ ਵੀਡੀਓ ਦਿਖਾਉਣ ਦਾ, ਪਲੀਜ਼ ਕਲੀਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਦਿਨ ਹੀ ਆਪਾਂ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਖਬਰ ਸੁਣਦੇ ਹਾਂ, ਵੇਖਦੇ ਹਾਂ ਕਿ ਕਦੇ ਕਿਸ ਜਗ੍ਹਾ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਗਏ, ਕਦੇ ਕਿਸ ਜਗ੍ਹਾ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨਾਲ ਬੇਅਦਬੀ ਹੋ ਜਾਂਦੀ ਹੈ। ਸੋ ਅਸੀਂ ਇੱਕ ਇੰਜੀਨੀਅਰ ਹੋਣ ਦੇ ਨਾਤੇ ਅਸੀਂ ਇੱਕ ਪਾਲਕੀ ਸਾਹਿਬ ਬਣਾਈ ਹੈ ਕਿ ਜਿੰਨੀ ਮਰਜ਼ੀ ਅੱਗ ਲੱਗੀ ਹੋਵੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਲਕੁਲ ਸੇਫ ਰਹਿਣਗੇ। ਪਵਿੱਤਰ ਬਰਾੜ ਜੀ, ਪਹਿਲਾਂ ਮੈਨੂੰ ਇੱਧਰ ਆ ਕੇ ਉੱਪਾ ਉੱਪਰ ਚੱਲਦੇ ਹਾਂ, ਦੇਖਦੇ ਹਾਂ, ਕਿਉਂਕਿ ਇੱਥੇ ਅਸੀਂ ਦੇਖਿਆ ਕਿ ਬਹੁਤ ਤੇਜ਼ ਅੱਗ ਜਿਹੜੀ ਆ ਉਹ ਫੈਲੀ ਸੀ। ਅੱਗ ਜਦੋਂ ਫੈਲੀ ਹੈ ਤਾਂ ਆਪਣੇ ਆਪ ਇਹ ਜੋ ਤੁਸੀਂ ਪਾਲਕੀ ਸਾਹਿਬ ਤਿਆਰ ਕੀਤੇ ਨੇ, ਇਹ ਅੱਗ ਹਲੇ ਸ਼ੁਰੂ ਹੀ ਹੁੰਦੀ ਹੈ ਤਾਂ ਇਹ ਇੱਥੋਂ ਟੱਕੀ ਜਾਂਦੀ ਹੈ, ਇੱਥੋਂ ਬੰਦ ਹੋ ਜਾਂਦੀ ਹੈ। ਮੈਨੂੰ ਸਮਝਾਓ ਆਪਣੇ ਪ੍ਰੋਜੈਕਟ ਦੇ ਬਾਰੇ ਕਿ ਕਿਸ ਤਰ੍ਹਾਂ ਜੇ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿਆ ਹੋਇਆ, ਪਾਵਨ ਸਰੂਪ ਪਏ ਹੋਏ ਨੇ, ਤਾਂ ਕਿਸ ਤਰ੍ਹਾਂ ਉਹ ਬਚ ਸਕਦੇ ਨੇ, ਅਗਨ ਪੇਂਟ ਨਹੀਂ ਹੋਣਗੇ? ਸਾਡੀ ਜਿਹੜੀ ਫਰਮ ਹੈ ਔਨਟੈਕ ਰਿਸਰਚ ਐਂਡ ਡਿਵੈਲਪਮੈਂਟ, ਇਹਦਾ ਜਿਹੜਾ ਮਕਸਦ ਹੈ ਕਿ ਕੋਈ ਵੀ ਅਸੀਂ ਨਵੀਂ ਨਵੀਂ ਇਨਵੈਂਸ਼ਨ ਕੋਈ ਕਰਦੇ ਰਹਿੰਦੇ ਹਾਂ, ਸਮੇਂ ਦੇ ਲਿਹਾਜ਼ ਨਾਲ ਜਦੋਂ ਵੀ ਲੋੜ ਹੁੰਦੀ ਹੈ ਅਸੀਂ ਇਨਵੈਂਸ਼ਨ ਕਰਦੇ ਹਾਂ। ਸੋ ਇਹ ਸਮੇਂ ਦੀ ਲੋੜ ਹੈ,
ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਜਾਂਦੇ ਆ। ਅਸੀਂ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਜਦੋਂ ਇਹ ਖਬਰਾਂ ਸੁਣਦੇ, ਸਾਨੂੰ ਬਹੁਤ ਦੁੱਖ ਹੁੰਦਾ। ਫਿਰ ਅਸੀਂ ਸੋਚਿਆ ਕਿ ਕਿਉਂ ਨਾ ਕੁਛ ਐਵੇਂ ਦੀ ਪਾਲਕੀ, ਐਵੇਂ ਦਾ ਬੈੱਡ ਬਣਾਇਆ ਜਾਵੇ ਜਿਹਦੇ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗ ਲੱਗੀ ਵੀ ਹੋਵੇ ਤਾਂ ਵੀ ਉਹ ਬਿਲਕੁਲ ਸੇਫ ਰਹਿਣ। ਸੋ ਇਹ ਅਸੀਂ ਪਾਲਕੀ ਬਣਾਈ ਹੈ, ਅੱਗ ਕਿੰਨੀ ਅੱਗ ਆਪਾਂ ਲਾ ਕੇ ਦੇਖੀ ਹੈ। ਸੋ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ ਇੱਕ ਅਸੀਂ ਡੈਮੋ ਦੇ ਤੌਰ ਤੇ ਇੱਕ ਅਸੀਂ ਬੁੱਕ ਰੱਖੀ ਸੀ ਵਿੱਚ ਇਹਦੇ। ਇਹ ਬਾਰ ਬਾਰ ਅਸੀਂ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ, ਕੈਮਰਾਮੈਨ ਪਰਵਿੰਦਰ ਤੁਹਾਨੂੰ ਤਸਵੀਰ ਨਜ਼ਦੀਕ ਤੋਂ ਆ ਕੇ ਵੀ ਦਿਖਾਉਣਗੇ। ਇੱਥੇ ਪਾਵਨ ਸਰੂਪ ਨਹੀਂ ਹੈ, ਇੱਥੇ ਇੱਕ ਕਿਤਾਬ ਰੱਖੀ ਅਸੀਂ, ਇੱਕ ਜਿਹੜੀ ਸਕੂਲਾਂ ਦੇ ਵਿੱਚ ਕਾਪੀਆਂ ਵਰਤੀਆਂ ਜਾਂਦੀਆਂ ਨੇ ਉਹ ਰੱਖੀ ਇੱਕ ਡੈਮੋ ਦਿਖਾਉਣ ਦੇ ਲਈ। ਤਾਂ ਬੇਅਦਬੀ ਕਰਨਾ ਜਾਂ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਬਿਲਕੁਲ ਵੀ ਨਹੀਂ ਆ, ਜਿਹਾ ਇਰਾਦਾ ਸਾਡਾ ਬਿਲਕੁਲ ਵੀ ਨਹੀਂ ਹੈ। ਪਰ ਮਕਸਦ ਅੱਜ ਜੋ ਹੈ ਉਹ ਸਾਫ ਕਰ ਚੁੱਕੇ ਨੇ ਇੰਜੀਨੀਅਰ ਪਵਿੱਤਰ ਬਰਾੜ, ਤਾਂ ਤੁਹਾਨੂੰ ਨਜ਼ਦੀਕ ਤੋਂ ਤਸਵੀਰ ਦਿਖਾਉਂਦੇ ਹਾਂ ਅਸੀਂ। ਇੱਥੇ ਠੀਕ ਇੱਥੇ ਅੱਗ ਲੱਗ ਕੇ ਹਟੀ ਹੈ, ਤੇਜ਼ ਜਿਹੜੀਆਂ ਅੱਗ ਦੀਆਂ ਲੱਟਾਂ ਨੇ। ਜਦੋਂ ਅੱਗ ਲੱਗਣੀ ਸ਼ੁਰੂ ਹੋਈ ਤਾਂ ਕੀ ਹੋਇਆ ਇੱਥੇ, ਤੁਸੀਂ ਤਸਵੀਰਾਂ ਦੇ ਵਿੱਚ ਨਾਲ ਨਾਲ ਦੇਖ ਰਹੇ ਹੋ, ਪਰ ਹੁਣ ਸਾਨੂੰ ਇਹ ਸਮਝਾਓ ਕਿ ਜੇਕਰ ਇੱਥੇ ਪਾਵਨ ਸਰੂਪ ਹੈ ਤਾਂ ਕਿਸ ਤਰ੍ਹਾਂ ਉਹ ਸੁਰੱਖਿਅਤ ਹੈ। ਦੇਖੋ ਜੀ, ਜਿਵੇਂ ਆਪਾਂ ਰਿਐਲਿਟੀ ਦੇ ਵਿੱਚ ਇੱਕ ਆਪਾਂ ਡੈਮੋ ਵਿਖਾਈ ਹੈ ਤੁਹਾਨੂੰ, ਰਿਐਲਿਟੀ ਦੇ ਵਿੱਚ ਦਿਖਾਈ ਹੈ ਕਿ ਇਹ ਸਾਡਾ ਥੜਾ ਸਾਹਿਬ ਆ, ਥੜਾ ਸਾਹਿਬ ਦੇ ਉੱਪਰ ਰੁਮਾਲਾ ਸਾਹਿਬ ਵੀ ਜਿਸ ਤਰ੍ਹਾਂ ਅਸੀਂ ਦੇਖਿਆ ਸੜ ਚੁੱਕਾ ਹੈ। ਬਿਲਕੁਲ ਜੀ ਬਿਲਕੁਲ, ਭਾਵੇਂ ਰੁਮਾਲਾ ਸਾਹਿਬ ਆਸੇ ਪਾਸੇ ਦੀਆਂ ਚੀਜ਼ਾਂ ਬੇਸ਼ੱਕ ਸਾਰੀਆਂ ਜਿਹੜੀਆਂ ਅਗਨ ਭੇਟ ਹੋ ਜਾਂਦੀਆਂ ਚੱਕ ਤੋਂ, ਹਾਂਜੀ, ਪਰ ਕੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਉਹ ਸੁਰੱਖਿਅਤ ਰਹਿਣਗੇ। ਇਹਦੇ ਵਿੱਚ ਦੇਖੋ ਜੀ ਆਪਣਾ ਕਿੰਨਾ ਥੜਾ ਸਾਹਿਬ ਆ, ਕਿੱਡਾ ਵੱਡਾ ਆਪਣਾ ਥੜਾ ਸਾਹਿਬ ਜੀ। ਇਹਦੇ ਵਿੱਚ ਅਸੀਂ ਐਵੇਂ ਦੀ ਟੈਕਨੋਲੋਜੀ ਵਰਤੀ ਹੈ ਕਿ ਥੜਾ ਸਾਹਿਬ ਦੇ ਉੱਪਰ ਜਿੱਥੇ ਮਰਜ਼ੀ ਅੱਗ ਲੱਗ ਜੇ, ਭਾਵੇਂ 10 ਫੁੱਟ ਦਾ ਥੜਾ ਸਾਹਿਬ ਹੋਵੇ, ਭਾਵੇਂ 5 ਫੁੱਟ ਦਾ ਹੋਵੇ, ਜਿੱਥੇ ਮਰਜ਼ੀ ਅੱਗ ਲੱਗ ਜੇ, ਇਹ ਆਟੋਮੈਟਿਕਲੀ ਜਿਹੜਾ ਪਾਲਕੀ ਸਾਹਿਬ ਹੈਗਾ ਇਹ ਆਟੋਮੈਟਿਕਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਦੇ ਉੱਪਰ ਜਿਹੜਾ ਇਸਦਾ ਪਾਰਟ ਹੈਗਾ, ਜਿਹੜਾ ਇਸਦਾ ਉੱਪਰਲਾ ਪਾਰਟ ਹੈ ਉਹ ਨੀਚੇ ਆ ਜਾਂਦਾ। ਫਿਰ ਸਾਨੂੰ ਇੱਕ ਦਿੱਕਤ ਸੀ ਕਿ ਜਿਹੜਾ ਰੁਮਾਲਾ ਸਾਹਿਬ ਆ ਉਹ ਵਿੱਚ ਆ ਜਾਊਗਾ ਇਹਦੇ। ਫਿਰ ਅਸੀਂ ਇੱਕ ਐਵੇਂ ਦਾ ਲੌਜਿਕ, ਐਵੇਂ ਦਾ ਇੱਕ ਪੁਆਇੰਟ ਜਿਹੜਾ ਵਰਤਿਆ ਕਿ ਜਦੋਂ ਵੀ ਇਹ ਨੀਚੇ ਆਉਂਦੀ ਹੈ ਤੇ ਜਿਹੜਾ ਰੁਮਾਲਾ ਸਾਹਿਬ ਹੈਗਾ ਉਹ ਨਾਲ ਦੀ ਨਾਲ ਅੱਪ ਉੱਪਰ ਚਲਾ ਜਾਂਦਾ, ਕਿਉਂਕਿ ਜੇ ਰੁਮਾਲਾ ਸਾਹਿਬ ਨੂੰ ਅੱਗ ਕੈਚ ਕਰ ਲੈਂਦੀ ਹੈ ਤਾਂ ਜਿਹੜੇ ਪਾਵਨ ਸਰੂਪ ਨੇ ਉਹਨਾਂ ਨੂੰ ਵੀ ਖਤਰਾ ਹੋ ਸਕਦਾ। ਹਾਂਜੀ, ਕਿਉਂਕਿ ਜੇ ਰੁਮਾਲਾ ਸਾਹਿਬ ਸਾਈਡ ਤੇ ਨਹੀਂ ਹੁੰਦਾ ਤੇ ਰੁਮਾਲਾ ਸਾਹਿਬ ਦੇ ਨਾਲ ਜਿਹੜੀ ਅੱਗ ਹੈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੱਕ ਜਿਹੜੀ ਪਹੁੰਚ ਸਕਦੀ ਹੈ। ਸੋ ਅਸੀਂ ਫਿਰ ਇਹਨੂੰ ਇਸ ਢੰਗ ਦੇ ਨਾਲ ਇਹਨੂੰ ਅਸੀਂ ਡਿਜ਼ਾਈਨ ਕੀਤਾ ਕਿ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਰੁਮਾਲਾ ਸਾਹਿਬ ਆ ਉਹ ਗੁਰੂ ਸਾਹਿਬ ਦੇ ਉੱਪਰੋਂ ਇਸਨੇ ਅੱਪ ਕਰ ਦੇਣਾ, ਠੀਕ ਹੈ, ਵੀ ਇਹ ਉਤਾਰ ਲੈਂਦੀ ਆ ਆਪਣੇ ਆਪ ਹੀ, ਠੀਕ ਹੈ, ਤੇ ਜਿਹੜਾ ਨੀਚੇ ਵਾਲਾ ਪਾਰਟ ਹੈਗਾ ਉੱਪਰਲਾ ਪਾਰਟ ਆ ਉਹ ਥੱਲੇ ਜਿਹੜਾ ਉਹ ਆ ਜਾਂਦਾ, ਜਿਹਦੇ ਨਾਲ ਜਿੰਨੀ ਮਰਜ਼ੀ ਇਹਨੂੰ ਅੱਗ ਲੱਗੀ ਹੋਵੇ, ਜਿਵੇਂ ਆਪਾਂ ਹੁਣ ਅੱਗ ਲਾਈ ਹੈ ਬਹੁਤ ਜ਼ਿਆਦਾ ਮਾਤਰਾ 'ਚ ਤੇਲ ਪਾ ਕੇ ਵੀ ਲਾਈ ਆ, ਪਰ ਇੱਥੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਇੱਕ ਅਸੀਂ ਬੁੱਕ ਰੱਖੀ ਸੀ ਇੱਕ ਡੈਮੋ ਦੇ ਲਈ, ਇੱਕ ਟੈਸਟਿੰਗ ਲਈ ਕਿ ਕਿੰਨਾ ਕੁ ਸਕਸੈਸਫੁਲ ਆ, ਕਿੰਨੀ ਪਾਲਕੀ ਕਿੰਨੀ ਗੁੱਡ ਆ, ਤਾਂ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਕਿ ਇਹ ਬਿਲਕੁਲ ਸੇਫ ਹੀ ਹੋਊਗੀ ਬੁੱਕ ਜਿਹੜੀ ਸਾਡੀ ਹੈਗੀ। ਜੀ, ਕਿਉਂਕਿ ਅੱਗ ਦੀਆਂ ਲੱਟਾਂ ਹਲੇ ਵੀ ਅਸੀਂ ਤੁਸੀਂ ਤਸਵੀਰ ਦੇਖ ਸਕਦੇ ਹੋ, ਪਰ ਜੇਕਰ ਅਸੀਂ ਇੱਥੇ ਹੱਥ ਲਗਾ ਕੇ ਦੇਖੀਏ ਤਾਂ ਠੰਡਾ ਪਿਆ ਹੋਇਆ ਹੈ ਪਾਲਕੀ ਸਾਹਿਬ, ਅੰਦਰੋਂ ਬਿਲਕੁਲ ਵੀ ਕੋਈ ਸੇਕ ਜਾਂ ਗਰਮ ਨਹੀਂ ਹੈ, ਤਾਂ ਇੱਥੇ ਜੇ ਪਾਵਨ ਸਰੂਪ ਨੇ ਤਾਂ ਉੱਥੇ ਤੱਕ ਅੱਗ ਨਹੀਂ ਪਹੁੰਚੇਗੀ। ਹਾਂਜੀ ਬਿਲਕੁਲ ਜੀ,
ਸੁਣ ਮੈਮ ਜੀ, ਦੇਖੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਬਿਲਕੁਲ ਠੰਡਾ ਪਿਆ, ਕਿਉਂਕਿ ਇਹਨੂੰ ਅਸੀਂ ਜਿਹੜੀ ਬੁੱਕ ਆ ਸਾਡੀ ਉਹ ਬਿਲਕੁਲ ਸੇਫ ਪਈ ਹੋਈ ਆ। ਤੁਹਾਨੂੰ ਅਸੀਂ ਇੱਕ ਡੈਮੋ ਦੇ ਲਈ ਅਸੀਂ ਇੱਕ ਬੁੱਕ ਰੱਖੀ ਸੀ, ਅਸੀਂ ਡੈਮੋ ਟੈਸਟਿੰਗ ਲਈ ਅਸੀਂ ਇੱਕ ਬੁੱਕ ਰੱਖੀ ਸੀ ਜਿਹੜੀ ਕਿ ਬਿਲਕੁਲ ਸੇਫ ਪਈ ਹੋਈ ਆ। ਇਹਦੇ ਵਿੱਚ ਇਹ ਵੱਖ ਵੱਖ ਮੈਟਲਸ ਦੇ ਨਾਲ ਇਹਨੂੰ ਡਿਜ਼ਾਇਨ ਕੀਤਾ ਗਿਆ, ਜਿੰਨੀ ਮਰਜ਼ੀ ਅੱਗ ਲੱਗੀ ਹੋਵੇ, ਜਿੱਥੇ ਗੁਰੂ ਮਹਾਰਾਜ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਥੇ ਬਿਰਾਜਮਾਨ ਹੋਣਗੇ, ਬਿਲਕੁਲ ਠੰਡਾ, ਇੱਥੇ ਹੀਟ ਬਿਲਕੁਲ ਨਹੀਂ ਜਾਂਦੀ। ਸੋ ਇਸ ਕਰਕੇ ਹਾਲਾਂਕਿ ਅੱਗ ਇੱਥੇ ਤੱਕ ਪਹੁੰਚੀ ਹੈ ਤਾਂ ਪਾਲਕੀ ਸਾਹਿਬ ਦੀ ਤਸਵੀਰ ਜੇ ਕੈਮਰਾਮੈਨ ਪਰਵਿੰਦਰ ਤੁਹਾਨੂੰ ਦਿਖਾਉਣਗੇ, ਜੇ ਇੱਥੇ ਸਰੂਪ ਨੇ ਤਾਂ ਇੱਥੇ ਤੱਕ ਲੱਟਾਂ ਪਹੁੰਚੀਆਂ ਨੇ, ਪਰ ਪਾਲਕੀ ਸਾਹਿਬ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਪੂਰੀ ਟੱਕੀ ਜਾਂਦੀ ਹੈ। ਤਾਂ ਇਹ ਦੇਖੋ ਇੱਥੇ ਤੱਕ ਲੱਟਾਂ ਪਹੁੰਚੀਆਂ ਨੇ, ਇਕਾਲਤ ਤੁਸੀਂ ਦੇਖ ਸਕਦੇ ਹੋ, ਪਰ ਇੱਥੇ ਹੁਣੇ ਹੁਣੇ ਅੱਗ ਲੱਗ ਕੇ ਹਟੀ ਹੈ ਅਤੇ ਮੈਂ ਇੱਥੇ ਹੱਥ ਰੱਖਿਆ, ਬਿਲਕੁਲ ਠੰਡਾ, ਇੱਥੇ ਤੱਕ ਅੱਗ ਜਾਂ ਹੀਟ ਨਹੀਂ ਪਹੁੰਚੀ। ਤਾਂ ਤੁਸੀਂ ਤਸਵੀਰ ਦੇਖੋ, ਜਦੋਂ ਅੱਗ ਲੱਗੀ ਹੈ, ਅੱਗ ਲੱਗਣੀ ਸ਼ੁਰੂ ਹੁੰਦੀ ਹੈ ਤਾਂ ਰੁਮਾਲਾ ਸਾਹਿਬ ਜਿਹੜਾ ਉਹ ਉੱਪਰ ਦੀ ਆ ਜਾਂਦਾ, ਅੱਗ ਪਹੁੰਚਦੀ ਜ਼ਰੂਰ ਹੈ ਰੁਮਾਲਾ ਸਾਹਿਬ ਤੱਕ, ਪਰ ਪਾਵਨ ਸਰੂਪਾਂ ਦੀ ਬੇਅਦਬੀ ਨਹੀਂ ਹੁੰਦੀ। ਪੂਰੀ ਜਾਣਕਾਰੀ ਪਵਿੱਤਰ ਬਰਾੜ ਜੀ ਦੇਣਗੇ। ਪਵਿੱਤਰ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਾਓ ਕਿ ਇਹ ਜਿਹੜੇ ਤੁਸੀਂ ਪਾਲਕੀ ਸਾਹਿਬ ਤਿਆਰ ਕੀਤੀ ਹੈ ਕਿਵੇਂ ਕੰਮ ਕਰਦੀ ਹੈ, ਕਿਵੇਂ ਪਾਵਨ ਸਰੂਪਾਂ ਦੀ ਬੇਅਦਬੀ ਤੋਂ ਬਚਾਅ ਹੋ ਸਕਦਾ? ਸਾਡਾ ਕੰਮ ਆ ਜੀ ਰਿਸਰਚ ਐਂਡ ਡਿਵੈਲਪਮੈਂਟ ਦਾ। ਅਸੀਂ ਸਮੇਂ ਦੀ ਲੋੜ ਅਨੁਸਾਰ ਕੁਛ ਨਾ ਕੁਛ ਨਵਾਂ ਜਿਹੜਾ ਡਿਵੈਲਪ ਕਰਦੇ ਰਹਿੰਦੇ ਹਾਂ। ਪਰਮਾਤਮਾ ਨੇ ਇੱਕ ਇੰਜੀਨੀਅਰਿੰਗ ਦਾ ਗੁਣ ਦਿੱਤਾ ਹੋਇਆ, ਸੋ ਸਾਨੂੰ ਬੜਾ ਦੁੱਖ ਹੁੰਦਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਜਾਂਦੇ ਆ ਕਿ ਸਿਰਫ ਆਪਾਂ ਇੱਕ ਮੋਬਾਈਲ 'ਤੇ ਇੱਕ ਮੈਸੇਜ ਕਰਨ ਜੋਗੇ ਹੁੰਦੇ ਹਾਂ ਕਿ ਬਹੁਤ ਮਾੜਾ ਹੋਇਆ, ਪਰ ਸਾਡੇ ਸਾਨੂੰ ਬਹੁਤ ਦੁੱਖ ਹੁੰਦਾ ਸੀ ਇਸ ਗੱਲ ਦਾ। ਸੋ ਅਸੀਂ ਇੱਕ ਸਭ ਤੋਂ ਪਹਿਲ ਦੇ ਆਧਾਰ 'ਤੇ ਅਸੀਂ ਇੱਕ ਪਾਲਕੀ ਸਾਹਿਬ ਇੱਕ ਪਾਲਕੀ ਬੈੱਡ ਅਸੀਂ ਇਹ ਬਣਾਇਆ, ਇਹਨੂੰ ਅਸੀਂ ਫਾਇਰ ਪਰੂਫ ਪਾਲਕੀ ਸਾਹਿਬ ਕਹਿੰਦੇ ਹਾਂ। ਇਹ ਸਾਰਾ ਮੈਕੈਨੀਕਲ ਜਿਹੜਾ ਸਿਸਟਮ ਹੈ, ਇਹਨੂੰ ਕਿਸੇ ਵੀ ਬਿਜਲੀ ਦੀ ਲੋੜ ਨਹੀਂ, ਕਿਸੇ ਵੀ ਬੈਟਰੀ ਦੀ ਲੋੜ ਨਹੀਂ, ਜਸਟ ਇਹਨੂੰ ਇੱਕ ਇੱਕ ਛੋਟਾ ਜਿਹਾ ਸੈੱਲ ਹੈ ਜਿਹੜਾ ਕਿ ਇਹਨੂੰ ਇੱਕ ਪਾਵਰ ਦਿੰਦਾ ਰਹਿੰਦਾ, ਜਿਹਦੇ ਤਕਰੀਬਨ ਕੋਈ 7-8 ਸਾਲ ਜਿਹੜਾ ਕਿ ਉਹ ਚੱਲ ਜਾਂਦਾ। ਸੋ ਇਹਨੂੰ ਵੱਖ ਵੱਖ ਮੈਟਲ ਦੇ ਨਾਲ ਬਣਾਇਆ ਗਿਆ, ਬਿਊਟੀ ਵਾਸਤੇ ਅਸੀਂ ਬਾਹਰ ਸਟੀਲ ਦੀ ਵਰਤੋਂ ਕੀਤੀ ਗਈ ਹੈ, ਤਾਂ ਜਿਹੜਾ ਅੰਦਰਲੇ ਜਿਹੜੇ ਪਾਰਟਸ ਹੈਗੇ ਆ ਉਹ ਜਿਹੜਾ ਹੀਟ ਹੈਗੀ ਆ ਉਹਨੂੰ ਅਬਜ਼ੋਰਵ ਕਰਦੇ ਆ, ਹੀਟ ਨੂੰ ਉਹਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੱਕ ਪਹੁੰਚਣ ਨਹੀਂ ਦਿੰਦੇ ਗੇ, ਤਾਂ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਰੂਪ ਆ ਉਹ ਬਿਲਕੁਲ ਸੁਰੱਖਿਅਤ ਰਹਿੰਦੇ ਆ, ਸੇਫ ਰਹਿੰਦੇ ਆ। ਜਿੰਨੀ ਮਰਜ਼ੀ ਅੱਗ ਲੱਗੀ ਹੋਵੇ ਪਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੱਕ ਅੱਗ ਦਾ ਸੇਕ ਤੱਕ ਨਹੀਂ ਪਹੁੰਚਦਾ। ਤਾਂ ਬਹੁਤ ਸਹੀ ਗੱਲ ਕਹੀ ਹੈ ਤੁਸੀਂ। ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ, ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਤਾਂ ਅਸੀਂ ਸੋਸ਼ਲ ਮੀਡੀਆ 'ਤੇ ਉਸ ਵੀਡੀਓ ਨੂੰ ਦੇਖ ਕੇ ਜਾਣਕਾਰੀ ਨੂੰ ਸੁਣ ਕੇ ਸਰਵੈਨਾ ਲਿਖ ਦਿੰਦੇ ਹਾਂ ਕਿ ਜਿਸਨੇ ਵੀ ਕੀਤਾ ਉਸਦੇ ਖਿਲਾਫ ਸਖ਼ਤ ਐਕਸ਼ਨ ਲਓ, ਸਜ਼ਾ ਮਿਲਣੀ ਚਾਹੀਦੀ ਹੈ, ਉਸਦੇ ਖਿਲਾਫ ਬਣਦੀ ਕਾਰਵਾਈ ਕਰੋ। ਪਰ ਅਸੀਂ ਸਮਾਜ ਦੇ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਯੋਗਦਾਨ ਕੀ ਪਾ ਰਹੇ ਹਾਂ? ਹਾਲਾਂਕਿ ਇੰਜੀਨੀਅਰ ਨੂੰ ਬਹੁਤ ਅੰਡਰ ਐਸਟੀਮੇਟ ਕੀਤਾ ਜਾਂਦਾ, ਪਰ ਇਸ ਇੰਜੀਨੀਅਰ ਨੇ ਅੱਜ ਜੋ ਕਰ ਦਿਖਾਇਆ ਕਾਬਿਲੇ ਤਾਰੀਫ ਹੈ। ਤੁਸੀਂ ਸਮਾਜ ਦੇ ਵਿੱਚ ਜੋ ਹੁਣ ਆਪਣਾ ਯੋਗਦਾਨ ਪਾਇਆ, ਮੈਨੂੰ ਲੱਗਦਾ ਕਿ ਪੂਰੀ ਦੇਸ਼ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਵਾਹ ਵਾਹ ਹੋਣੀ ਹੈ। ਦੇਖੋ ਜੀ, ਇਹ ਸਭ ਵਾਹਿਗੁਰੂ ਦੀ ਕਿਰਪਾ ਨਾਲ, ਪਰਮਾਤਮਾ ਆਪ ਹੀ ਕਰਵਾਉਣ ਵਾਲਾ। ਅਸੀਂ ਇਹ ਅਗਨ ਭੇਟ ਦੇ ਨਾਲ ਨਾਲ ਅਸੀਂ ਸੇਫਟੀ ਵਾਸਤੇ ਵੀ ਅਸੀਂ ਸਿਸਟਮ ਬਣਾਏ ਹੋਏ ਆ, ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਕਿ ਕਿਸ ਤਰ੍ਹਾਂ ਕੋਈ ਸ਼ਰਾਰਤੀ ਅੰਸਰ ਆ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਕਰ ਸਕੇ, ਉਸ ਤਰ੍ਹਾਂ ਦੇ ਵੀ ਅਸੀਂ ਸਿਸਟਮ ਬਣਾਏ ਹੋਏ ਆ, ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ। ਤਾਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਉੱਥੇ ਅੱਗ ਦੀ ਲਪਟਾਂ ਜਿਹੜੀਆਂ ਸੀ ਅਜੇ ਥੋੜ੍ਹੀਆਂ ਦੂਰ ਸਨ ਕਿ ਜਦੋਂ ਰੁਮਾਲਾ ਸਾਹਿਬ ਚੱਕਿਆ ਜਾਂਦਾ ਅਤੇ ਇਹ ਕਵਰ ਹੋ ਜਾਂਦੀ ਪਾਲਕੀ ਸਾਹਿਬ ਜੋ ਤੁਸੀਂ ਤਿਆਰ ਕੀਤੀ, ਇਹਦਾ ਮੈਕੇਨਿਜ਼ਮ ਜੋ ਵੀ ਹੈਗਾ ਵੈ, ਤਾਂ
ਬਹੁਤ ਵਾਰ ਇੱਦਾਂ ਵੀ ਹੁੰਦਾ ਕਿ ਪਾਵਨ ਸਰੂਪ ਜਿਹੜੇ ਨੇ ਉਹ ਟੁਕੜੇ ਟੁਕੜੇ ਕਰ ਦਿੱਤੇ ਜਾਂਦੇ ਨੇ, ਤਾਂ ਉਹਨੂੰ ਦੇਖ ਕੇ ਜਾਂ ਕੋਈ ਸ਼ਰਾਰਤੀ ਅੰਸਰ ਨੇੜੇ ਆਉਂਦਾ ਪਾਵਨ ਸਰੂਪਾਂ ਦੇ, ਤਾਂ ਉਹਨੂੰ ਦੇਖ ਕੇ ਹੋਰ ਤੁਸੀਂ ਕੀ ਤਰਕੀਬ ਸੋਚੀ ਹੈ? ਅਸੀਂ ਜੀ 3 ਸਾਲ ਪਹਿਲਾਂ ਹੀ ਉਹ ਸਿਸਟਮ ਬਣਾ ਚੁੱਕੇ ਹਾਂ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਐਂਟਰੀ ਕਰਦਾ, ਕੋਈ ਵੀ ਵਿਅਕਤੀ ਆਉਂਦਾ, ਤਾਂ ਕਿਸੇ ਤਰ੍ਹਾਂ ਤਰੀਕੇ ਨਾਲ ਜਿਹੜਾ ਅਲਾਰਮ ਸਿਸਟਮ ਹੈ ਜਾਂ ਸਿਕਿਉਰਿਟੀ ਸਿਸਟਮ ਹੈ ਉਹ ਚੱਲਦੇ ਆ, ਉਹ ਵੀ ਤੁਹਾਨੂੰ ਅਸੀਂ ਵਿਖਾਵਾਂਗੇ। ਸੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇ ਰਿਹਾ ਇਸ ਚੀਜ਼ ਦੀ, ਇਸ ਸਿਸਟਮ ਦੀ, ਕਿ ਥੜਾ ਸਾਹਿਬ ਆਪਣਾ 10x10 ਫੁੱਟ ਦਾ ਜਾਂ 15x15 ਜਿੱਦਾਂ ਮਰਜ਼ੀ ਹੋਵੇ, ਅੱਗ ਥੜਾ ਸਾਹਿਬ ਦੇ ਉੱਪਰ ਜਿੱਥੇ ਮਰਜ਼ੀ ਲੱਗੀ ਹੋਵੇ, ਭਾਵੇਂ ਜਿਵੇਂ ਤੁਹਾਨੂੰ ਅਸੀਂ ਇਸ ਇਹਦਾ ਰਿਐਲਿਟੀ ਤੁਹਾਨੂੰ ਅਸੀਂ ਡੈਮੋ ਦਿਖਾਇਆ ਕਿ ਅੱਗ ਬਿਲਕੁਲ ਥੋੜ੍ਹੇ ਜਿਹੇ ਥਾਂ 'ਚ ਲੱਗੀ ਸੀ, ਬਟ 5 ਫੁੱਟ ਦੂਰ ਹੀ ਅੱਗ ਲੱਗੀ ਸੀ, ਬਟ ਫਿਰ ਵੀ ਜਿਹੜੀ ਪਾਲਕੀ ਸਾਹਿਬ ਆ ਇਹ ਨੀਚੇ ਜਿਹੜਾ ਇਸਦਾ ਪਾਰਟ ਆ ਉਹ ਆ ਜਾਂਦਾ। ਇਹ ਜਿਹੜੀ ਸੈਂਸਿੰਗ ਆ ਉਹ ਬਹੁਤ ਜ਼ਬਰਦਸਤ ਹੈ, ਇਹ ਭਾਵੇਂ 10 ਫੁੱਟ ਦਾ ਥੜਾ ਹੋਵੇ, ਥੜੇ ਤੇ ਜਿੱਥੇ ਮਰਜ਼ੀ ਅੱਗ ਲੱਗੀ ਹੋਵੇ। ਬਿਜਲੀ ਦੀ ਵਰਤੋਂ ਤਾਂ ਹੋਈ ਹੋਵੇ ਇਸ ਦੇ ਵਿੱਚ? ਬਿਜਲੀ ਦੀ ਵਰਤੋਂ ਬਿਲਕੁਲ ਵੀ ਨਹੀਂ, ਕਿਉਂਕਿ ਜੇ ਬਿਜਲੀ ਦੀ ਵਰਤੋਂ ਹੁੰਦੀ ਤਾਂ ਸ਼ਾਰਟ ਸਰਕਟ ਵੀ ਹੋ ਸਕਦਾ ਸੀ, ਕਿਉਂਕਿ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਇਹੀ ਸੀ ਕਿ ਅਸੀਂ ਇਸ ਨੂੰ ਬਿਨਾਂ ਬਿਜਲੀ ਤੋਂ ਬਣਾਉਣਾ, ਕਿਉਂਕਿ ਜੇ ਇਸ 'ਚ ਬਿਜਲੀ ਹੁੰਦੀ ਹੋ ਸਕਦਾ ਹੈ ਕਿ ਸ਼ਾਰਟ ਸਰਕਟ ਉਹਦੇ ਨਾਲ ਹੀ ਹੋ ਸਕਦਾ ਹੋਵੇ, ਬਟ ਅਸੀਂ ਇਸ ਨੂੰ ਬਿਨਾਂ ਬਿਜਲੀ ਤੋਂ, ਬਿਨਾਂ ਕਿਸੇ ਬੈਟਰੀ ਤੋਂ ਅਸੀਂ ਇਸ ਨੂੰ ਬਣਾਇਆ, ਇਹ ਬਿਲਕੁਲ ਸੇਫ ਹੈ। ਸੋ ਇਹ ਇਸਦਾ ਜਿਹੜਾ ਮੈਕਾਨਿਜ਼ਮ, ਇਹ ਕਿਵੇਂ ਚੱਲ ਸਕਦੀ ਹੈ ਜੇ ਬਿਜਲੀ ਵੀ ਨਹੀਂ ਵਰਤੀ ਗਈ, ਬੈਟਰੀ ਵੀ ਨਹੀਂ ਪਾਈ, ਤਾਂ ਇੱਕ ਛੋਟਾ ਜਿਹਾ ਸੈੱਲ ਕਿਵੇਂ ਇੰਨੀ ਵੱਡੀ ਇੱਕ ਮਸ਼ੀਨ, ਇੱਕ ਤਰ੍ਹਾਂ ਦੀ ਮਸ਼ੀਨ ਤੁਸੀਂ ਬਣਾਈ ਹੋਈ ਹੈ, ਤਾਂ ਇਹਦਾ ਮੈਕੇਨਿਜ਼ਮ ਕਿਵੇਂ ਵਰਕ ਕਰ ਰਿਹਾ? ਦੇਖੋ ਜੀ, ਮੈਂ ਇੰਜੀਨੀਅਰਿੰਗ ਕੀਤੀ ਹੋਈ ਹੈ, ਸਾਡਾ ਕੰਮ ਹੀ ਨਵੀਆਂ ਨਵੀਆਂ ਇਨਵੈਂਸ਼ਨਾਂ ਕਰਨਾ, ਸਮੇਂ ਦੇ ਲਿਹਾਜ਼ ਨਾਲ ਜਿਸ ਚੀਜ਼ ਦੀ ਵੀ ਲੋੜ ਹੁੰਦੀ ਹੈ ਅਸੀਂ ਉਸ ਦੀ ਕਾਢ ਕੱਢਦੇ ਹਾਂ। ਸੋ ਸਭ ਤੋਂ ਜਿਹੜੀ ਜ਼ਰੂਰਤ ਸੀ ਸਾਨੂੰ ਇਸ ਕਾਢ ਦੀ ਸੀਗੀ, ਕਿਉਂਕਿ ਅਸੀਂ ਆਏ ਦਿਨ ਹੀ ਸੋਸ਼ਲ ਮੀਡੀਆ 'ਤੇ ਕੁਛ ਨਾ ਕੁਛ ਸੁਣਦੇ ਹਾਂ, ਵੇਖਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨਾਲ ਬੇਅਦਬੀ ਹੋ ਗਈ, ਅਗਨ ਭੇਟ ਹੋ ਗਏ। ਸੋ ਅਸੀਂ ਪਹਿਲ ਦੇ ਆਧਾਰ 'ਤੇ, ਸਾਡਾ ਇਹ ਫਰਜ਼ ਬਣਦਾ ਸੀ ਕਿ ਅਸੀਂ ਇਸ ਨੂੰ ਬਣਾਈਏ। ਸੋ ਅਸੀਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਡਿਜ਼ਾਇਨ ਵੀ ਕੀਤਾ। ਤਾਂ ਪਵਿੱਤਰ ਜੀ, ਅਸੀਂ ਪਹਿਲਾਂ ਵੀ ਤੁਹਾਨੂੰ ਦੇਖਿਆ, ਤੁਸੀਂ ਬਤੌਰ ਇੰਜੀਨੀਅਰ ਇੱਕ ਰਿਮੋਟ ਕੰਟਰੋਲ ਟਰੈਕਟਰ ਬਣਾਇਆ ਸੀ ਜਿਹੜਾ ਜੀਰੇ ਤੋਂ ਪੰਜਾਬ ਤੋਂ ਲੈ ਕੇ ਯਾਨੀ ਕਿ ਦਿੱਲੀ ਤੱਕ ਗਿਆ ਸੀਗਾ ਜਦੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੁੰਦੀ ਹੈ, ਤਾਂ ਇੱਦਾਂ ਦੀਆਂ ਤੁਸੀਂ ਇਨਵੈਂਸ਼ਨਸ ਕਹਿ ਲਓ ਜਾਂ ਇੱਦਾਂ ਦੇ ਐਕਸਪੈਰੀਮੈਂਟ ਕਰਦੇ ਰਹਿੰਦੇ ਹੋ ਤੁਸੀਂ? ਦੇਖੋ ਜੀ, ਮੇਰਾ ਸ਼ੌਂਕ ਹੈ ਨਵੀਆਂ ਨਵੀਆਂ ਇਨਵੈਂਸ਼ਨ ਕਰਨਾ। ਸਾਡੀ ਫਰਮ ਹੈਗੀ ਆ ਔਨਟੈਕ ਰਿਸਰਚ ਐਂਡ ਡਿਵੈਲਪਮੈਂਟ, ਅਸੀਂ ਨਵੀਆਂ ਨਵੀਆਂ ਇਨਵੈਂਸ਼ਨ ਕਰਦੇ ਰਹਿੰਦੇ ਹਾਂ। ਅਸੀਂ ਅੱਜ ਤੋਂ 11 ਸਾਲ ਪਹਿਲਾਂ ਜਦੋਂ ਨਵੇਂ ਨਵੇਂ ਫੋਨ ਆਏ ਸੀ, ਅਸੀਂ ਪਹਿਲਾਂ ਫੋਨ 'ਤੇ ਵੀ ਟਰੈਕਟਰ ਚਲਾਇਆ ਸੀਗਾ। ਮੈਂ ਇੱਕ ਕਿਸਾਨ ਦਾ ਪੁੱਤ ਹਾਂ ਅਤੇ ਇੱਕ ਇੰਜੀਨੀਅਰ ਹਾਂ। ਸੋ ਅਸੀਂ ਨਵੀਆਂ ਨਵੀਆਂ ਕਿਸਾਨੀ ਦੇ ਤੌਰ 'ਤੇ ਅਸੀਂ ਨਵੀਆਂ ਨਵੀਆਂ ਅਸੀਂ ਕਾਢਾਂ ਕੱਢਦੇ ਰਹਿੰਦੇ ਹਾਂ, ਜਾਂ ਸਮੇਂ ਦੀ ਲੋੜ ਅਨੁਸਾਰ ਜੋ ਵੀ ਜ਼ਰੂਰਤ ਹੁੰਦੀ ਆ ਸਮਾਜ ਲਈ ਅਸੀਂ ਉਹੀ ਚੀਜ਼ ਅਸੀਂ ਡਿਵੈਲਪ ਕਰਦੇ ਹਾਂ। ਇਹ ਤਾਂ ਤੁਸੀਂ ਬਚਾ ਲਿਆ, ਅਗਨ ਭੇਂਟ ਹੋਣ ਤੋਂ ਤਾਂ ਬਚਾ ਲਿਆ, ਪਰ ਜਿਹੜੀ ਮਾਨਸਿਕਤਾ ਹੈ ਲੋਕਾਂ ਦੀ ਜਿਨ੍ਹਾਂ ਵੱਲੋਂ ਬੇਅਦਬੀਆਂ ਕੀਤੀਆਂ ਜਾਂਦੀਆਂ ਨੇ, ਉਸ ਮਾਨਸਿਕਤਾ ਨੂੰ ਬਦਲਣ ਦੇ ਲਈ ਅਸੀਂ ਕਿਵੇਂ ਯੋਗਦਾਨ ਪਾਈਏ ਸਮਾਜ ਦੇ ਵਿੱਚ, ਅਸੀਂ ਕੀ ਕਰੀਏ? ਵੇਖੋ ਜੀ, ਅਸੀਂ ਇੱਕ ਇੰਜੀਨੀਅਰ ਹਾਂ, ਸਾਡਾ ਤਾਂ ਜਿਹੜਾ ਟੈਕਨੀਕਲ ਮਾਇੰਡ ਆ, ਅਸੀਂ ਇਸ ਦੇ ਬਾਬਤ ਵੀ ਜਿਹੜੇ ਕੋਈ ਵੀ ਸ਼ਰਾਰਤੀ ਅਨਸਰ ਆਉਂਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਆਉਂਦਾ ਆ ਕਿਸ ਤਰੀਕੇ ਨਾਲ, ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ, ਪ੍ਰੋਜੈਕਟ ਤੁਹਾਨੂੰ ਵਿਖਾਵਾਂਗੇ ਬਹੁਤ ਜਲਦੀ। ਤਾਂ ਪਵਿੱਤਰ ਜੀ, ਕਿੰਨਾ ਸਮਾਂ ਲੱਗਿਆ ਪਾਲਕੀ ਸਾਹਿਬ ਤਿਆਰ ਕਰਨ ਨੂੰ, ਕਿੰਨਾ ਖਰਚਾ ਇਸ 'ਤੇ ਆਇਆ, ਪੂਰੀ ਜਾਣਕਾਰੀ ਇਸ ਦੇ ਬਾਰੇ ਦੋ। ਸੋਨ ਮੈਮ, ਇਹਦੇ 'ਤੇ ਸਾਨੂੰ ਜਦੋਂ ਫਸਟ ਟਾਈਮ ਅਸੀਂ ਇੱਕ ਪਾਲਕੀ ਬੈੱਡ ਬਣਾਇਆ ਸੀ, ਉਹਦੇ ਉੱਪਰ ਇਹ ਪਾਲਕੀ ਜਿਹੜੀ ਛੱਤ ਸੀ ਉਹ ਹੈ ਨਹੀਂ ਸੀ, ਇਕੱਲਾ ਇੱਕ ਪੀੜਾ ਸਾਹਿਬ ਸੀ, ਜਿਸ ਤੋਂ ਅਸੀਂ ਇਹ ਸੋਚਿਆ ਵੀ ਇਹਦੇ ਉੱਪਰੋਂ ਵੀ ਅੱਗ ਜਿਹੜੀ ਹੈ ਉਹ ਪੀੜਾ ਸਾਹਿਬ ਦੇ ਉੱਪਰ ਡਿੱਗ ਸਕਦੀ ਹੈ। ਸੋ ਅਸੀਂ
ਉਸ ਟੈਕਨੋਲੋਜੀ ਤੋਂ ਅਪ ਜਿਹੜੀ ਅਸੀਂ ਇਹ ਟੈਕਨੋਲੋਜੀ ਹੁਣ ਬਣਾਈ ਹੈ, ਇਹਦੇ ਉੱਪਰੋਂ ਵੀ ਭਾਵੇਂ ਕੋਈ ਵੀ ਸ਼ਾਰਟ ਸਰਕਟ ਹੁੰਦਾ ਹੈ ਤੇ ਇਹਦੇ ਉੱਪਰੋਂ ਜਿਹੜੀ ਅੱਗ ਉਹ ਨਹੀਂ ਲੱਗ ਸਕਦੀ, ਕਿਉਂਕਿ ਇਹ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਗਿਆ ਫਾਇਰ ਪ੍ਰੂਫ ਹੈ ਸਰ। ਹਾਂਜੀ, ਜਿਹੜੇ ਮੈਟਲਸ ਯੂਜ਼ ਕੀਤੇ ਗਏ, ਕਿੰਨੇ ਕੁ ਮੈਟਲਸ ਯੂਜ਼ ਕੀਤੇ ਗਏ ਨੇ ਇਹਦੇ? ਤਕਰੀਬਨ ਮੈਮ 4 and 5 ਜਿਹੜੇ ਮੈਟਲਸ ਆ ਉਸ ਨੂੰ ਅਸੀਂ ਲਗਾਇਆ ਗਿਆ। ਕਿੰਨਾ ਸਮਾਂ ਲੱਗ ਗਿਆ ਸੀ ਤਿਆਰ ਕਰਨ? ਫਸਟ ਆਫ ਆਲ ਅਸੀਂ ਇਹਦੇ ਤੇ ਕੋਈ 7-8 ਮਹੀਨੇ ਤੋਂ ਜਿਹੜਾ ਰਿਸਰਚ ਕਰ ਰਹੇ ਹਾਂ। ਤਾਂ 7-8 ਮਹੀਨੇ ਲੱਗ ਗਏ ਪਾਲਕੀ ਸਾਹਿਬ ਤਿਆਰ ਕਰਨ ਨੂੰ, ਇਹ ਸਪੈਸ਼ਲ ਜਿਹੜੀ ਤੁਸੀਂ ਤਿਆਰ ਕੀਤੀ ਹੈ, ਤਾਂ ਕਿੰਨੇ ਲੋਕਾਂ ਦੀ ਮਦਦ ਲਈ ਹੈ ਕਿ ਇਕੱਲੇ ਹੀ ਤਿਆਰ ਕੀਤੀ ਹੈ? ਸਾਡੀ ਟੀਮ ਦੇ ਵਿੱਚ ਤਕਰੀਬਨ ਅਸੀਂ 4-5 ਮੈਂਬਰ ਹੈਗੇ ਆ ਸਾਡੇ ਕੋਲ, ਤੇ ਇਹਨੂੰ ਅਸੀਂ ਬਣਾਉਣ ਦੇ ਲਈ ਕਮ ਸੇ ਕਮ ਕੋਈ ਸਾਡਾ 3-4 ਲੱਖ ਰੁਪਈਆ ਸਾਡਾ ਖਰਚਾ ਆਇਆ ਸਟਾਰਟਿੰਗ ਦੇ ਵਿੱਚ, ਕਿਉਂਕਿ ਜਿਹੜੀ ਰਿਸਰਚ ਹੁੰਦੀ ਹੈ ਜਦੋਂ ਆਪਾਂ ਪਹਿਲਾਂ ਰਿਸਰਚ ਕਰਦੇ ਹਾਂ ਤਾਂ ਕਾਫੀ ਜਿਹੜਾ ਪੈਸਾ ਉਹ ਖਰਾਬ ਹੋ ਜਾਂਦਾ, ਕਿਉਂਕਿ ਨਵੀਂ ਟੈਕਨੋਲੋਜੀ ਹੁੰਦੀ ਹੈ, ਕਾਫੀ ਜਿਹੜਾ ਪੈਸਾ ਉਹ ਸੱਚ ਦੇ ਵਿੱਚ ਖਰਾਬ ਹੋ ਜਾਂਦਾ ਹੈ। ਜੇ ਆਪਾਂ ਅੱਜ ਦੀ ਡੇਟ ਦੇ ਵਿੱਚ ਗੱਲ ਕਰੀਏ ਤਾਂ ਅਸੀਂ ਇਹਦੇ ਤਕਰੀਬਨ 3 ਮਾਡਲ ਅਸੀਂ ਬਣਾਏ ਆ ਜਿਹੜੇ ਤਕਰੀਬਨ 60,000 ਤੋਂ ਲੈ ਕੇ ਤੇ 2 ਲੱਖ ਰੁਪਏ ਦੇ ਵਿੱਚ ਵਿੱਚ ਜਿਹੜੇ ਇਹ 3 ਜਿਹੜੇ ਮਾਡਲ ਆ ਸਾਡੇ ਕੋਲ ਹੈਗੇ ਆ। ਤੁਹਾਨੂੰ ਲੱਗਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਮਾਡਲ ਇੰਸਟਾਲ ਹੋਣੇ ਚਾਹੀਦੇ ਨੇ ਜੇ ਬੇਅਦਬੀਆਂ ਤੋਂ ਬਚਣਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਸਾਰੀ ਸੰਗਤ ਨੂੰ ਵੀ ਦੋ ਸਿੰਘ ਸ਼ਸਤਰਧਾਰੀ ਸਿੰਘ ਹਰ ਟਾਈਮ ਉੱਪਰ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਹੋਣੇ ਚਾਹੀਦੇ ਆ ਹਰ ਟਾਈਮ ਦੇ ਉੱਪਰ, ਕਿਉਂਕਿ ਜਿਹੜੀਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਜਾਂ ਅਗਨਭੇਟ ਦੀਆਂ ਘਟਨਾਵਾਂ ਉਹ ਹੋਣ ਹੀ ਨਾ, ਕਿਉਂਕਿ ਜੇ ਦੋ ਸਿੰਘ ਹਰ ਟਾਈਮ 'ਤੇ ਮੌਜੂਦ ਹੋਣਗੇ ਤਾਂ ਇਹ ਨੌਬਤ ਹੀ ਨਹੀਂ ਆਊਗੀ। ਠੀਕ ਹੈ। ਸੈਕਿੰਡ ਨੰਬਰ 'ਤੇ ਜੇ ਆਪਾਂ ਇਹ ਚੀਜ਼ ਨੂੰ ਇੰਸਟਾਲ ਕਰਵਾਉਂਦੇ ਹਾਂ, ਵੈਸੇ ਵੀ ਆਪਾਂ ਪਾਲਕੀ ਸਾਹਿਬ ਜਾਂ ਬੈੱਡ ਆਪਾਂ ਲਗਵਾਉਂਦੇ ਹਾਂ, ਆਪਾਂ ਵੈਸੇ ਵੀ ਕਿੰਨਾ ਖਰਚਾ ਜਿਹੜਾ ਉਹ ਗੁਰਦੁਆਰਾ ਸਾਹਿਬ ਅੰਦਰ ਏਸੀ ਵਧੀਆ ਵਿਛਾਈ ਜਾਂ ਬਹੁਤ ਸੋਹਣੀ ਬਿਲਡਿੰਗ ਵੀ ਆਪਾਂ ਬਣਾਉਂਦੇ ਹਾਂ, ਪਰ ਕੀ ਹੈ ਕਿ ਅਸੀਂ ਇਸ ਨੂੰ ਇਸ ਢੰਗ ਦੇ ਨਾਲ ਲੈ ਕੇ ਚੱਲ ਰਹੇ ਹਾਂ ਕਿ ਜਿੰਨੇ ਕੁ ਇਹਦੇ 'ਚ ਪੈਸੇ ਲੱਗੇ ਆ ਅਸੀਂ ਉਨੇ ਕੁ ਹੀ ਅਸੀਂ ਜਿਹੜਾ ਉਹ ਸੰਗਤ ਤੋਂ ਅਸੀਂ ਵੀ ਲੈ ਸਕੀਏ। ਕੋਈ ਅਸੀਂ ਇਹਦੇ ਵਿੱਚ ਜ਼ਿਆਦਾ ਮਾਰਜਿਨ ਨਹੀਂ ਲੈ ਕੇ ਚੱਲੇ, ਇਹ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਅਸੀਂ ਇਸ ਜਿਹੜਾ ਪ੍ਰੋਜੈਕਟ ਆ ਇਹਨੂੰ ਅਸੀਂ ਸੇਲ ਕਰਾਂਗੇ। ਤਾਂ ਪੰਜਾਬ ਦੇ ਕੋਈ ਪੰਜਾਬ ਦੀ ਜਥੇਬੰਦੀ ਜਿਹਨੇ ਤੁਹਾਨੂੰ ਤੁਹਾਡੇ ਤੱਕ ਪਹੁੰਚ ਕੀਤੀ ਹੋਈ ਇਸ ਪਾਲਕੀ ਸਾਹਿਬ ਨੂੰ ਲੈ ਕੇ, ਇਸ ਪ੍ਰੋਜੈਕਟ ਨੂੰ ਲੈ ਕੇ ਖੁਸ਼ੀ ਹੋਈ ਹੋਈ ਉਹਨਾਂ ਦੇ ਮਨਾਂ ਦੇ ਅੰਦਰ, ਅਤੇ ਉਹਨਾਂ ਨੇ ਕਿਹਾ ਹੋਇਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਇੰਸਟਾਲ ਕਰਨ ਲਈ ਸਾਨੂੰ ਇਹ ਤੁਹਾਡੀ ਤਿਆਰ ਕੀਤੀ ਹੋਈ ਪਾਲਕੀ ਸਾਹਿਬ ਚਾਹੀਦੀ ਤਾਂ ਕਿ ਬੇਅਦਬੀਆਂ ਨਾ ਹੋਣ? ਵੇਖੋ ਜੀ, ਅਸੀਂ ਇੱਕ ਪਹਿਲਾਂ ਵੀ ਅਸੀਂ ਇੱਕ ਵੀਡੀਓ ਬਣਾਈ ਸੀਗੀ, ਅਸੀਂ ਸੋਸ਼ਲ ਮੀਡੀਆ 'ਤੇ ਪਾਈ ਸੀ, ਸਾਨੂੰ ਸਿੱਖ ਸੰਗਤਾਂ ਵੱਲੋਂ ਬਹੁਤ ਵਧਾਈਆਂ ਦਿੱਤੀਆਂ ਗਈਆਂ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ, ਪਰ ਅਸੀਂ ਇਹ ਆਪਦੇ ਲੈਵਲ 'ਤੇ ਹੀ ਅਸੀਂ ਇਹ ਬਣਾਈ ਆ, ਸਾਨੂੰ ਕਿਸੇ ਜਥੇਬੰਦੀ ਦਾ ਜਾਂ ਕਿਸੇ ਦਾ ਵੀ ਹੋਰ ਕਿਸੇ ਦਾ ਵੀ ਸਹਿਯੋਗ ਨਹੀਂ ਹੈ, ਇਹ ਸਿਰਫ ਸਾਨੂੰ ਇੱਕ ਪਰਮਾਤਮਾ ਦੀ ਮਿਹਰ ਨਾਲ ਹੀ ਜਿਹੜਾ ਸਾਰਾ ਕੰਮ ਆ ਅਸੀਂ ਆਪਦੇ ਲੈਵਲ 'ਤੇ ਕਰ ਰਹੇ ਹਾਂ। ਅਤੇ ਜੇ ਸਾਡੀ ਇਹ ਵੀਡੀਓ ਦੇਖਣ ਤੋਂ ਬਾਅਦ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਰਾਹੀਂ ਜੋ ਤੁਸੀਂ ਸੁਨੇਹਾ ਦੇ ਰਹੇ ਹੋ ਜਾਂ ਤੁਸੀਂ ਇਸ ਪ੍ਰੋਜੈਕਟ ਬਾਰੇ ਦੱਸ ਰਹੇ ਹੋ, ਉਸ ਤੋਂ ਬਾਅਦ ਤੁਹਾਡੇ ਕੋਲ ਆਉਂਦੇ ਨੇ ਪ੍ਰੋਜੈਕਟਸ ਆਉਂਦੇ ਨੇ ਕਿ ਸਾਨੂੰ ਵੀ ਚਾਹੀਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਜਿਹੀ ਪਾਲਕੀ, ਤਾਂ ਕੀ ਲੱਗਦਾ ਇਕੱਲੇ ਮੈਨੇਜ ਕਰ ਪਾਓਗੇ? ਬਿਲਕੁਲ ਜੀ, ਵੇਖੋ ਅਸੀਂ ਸਮੇਂ ਦੀ ਲੋੜ ਅਨੁਸਾਰ ਅਸੀਂ ਉਸੇ ਮੁਤਾਬਕ ਢਲ ਜਾਂਦੇ ਹਾਂ ਜਿਸੇ ਤਰ੍ਹਾਂ ਦਾ ਮਾਹੌਲ ਹੁੰਦਾ। ਅਸੀਂ ਜਿੰਨੇ ਵੀ ਸਾਡੇ ਕੋਲ ਜੋ ਵੀ ਸੰਗਤ ਸਾਨੂੰ ਹੁਕਮ ਦੇਊਗੀ ਵੀ ਸਾਨੂੰ ਇਹ ਪਾਲਕੀ ਚਾਹੀਦੀ ਹੈ, ਅਸੀਂ ਹਾਜ਼ਰ ਹਾਂ। ਇਹਨੂੰ ਬਣਾਉਣ ਦੇ ਲਈ ਲਗਭਗ ਕੋਈ 2 ਮਹੀਨੇ ਦਾ ਜਿਹੜਾ ਟਾਈਮ ਆ ਉਹ ਲੱਗ ਜਾਂਦਾ। ਸੋ ਸਾਡੇ ਕੋਲ ਪਹਿਲਾਂ ਵੀ 1-2 ਸੰਗਤਾਂ ਵੱਲੋਂ ਸਾਡੇ ਕੋਲ ਕਾਫੀ ਆਰਡਰ ਜਿਹੜੇ ਸੰਗਤਾਂ ਦੇ ਰਹੀਆਂ ਸੀ, ਪਰ ਅਸੀਂ ਸੰਗਤਾਂ ਨੂੰ ਵਿਖਾਉਣੇ ਚਾਹੁੰਦੇ ਸੀ ਪਹਿਲਾਂ ਕਿ ਪਹਿਲਾਂ ਤੁਸੀਂ ਵੇਖੋ ਵੀ ਇਸ ਤਰ੍ਹਾਂ ਦਾ ਸਿਸਟਮ ਆ, ਆਹ ਚੀਜ਼ ਹੈ, ਕਿ ਤਾਂ ਜੋ ਸਾਡੀਆਂ ਸੰਗਤਾਂ ਨੂੰ ਵੀ ਪਤਾ ਹੋਵੇ ਕਿ ਇਸ ਤਰੀਕੇ ਨਾਲ ਚੱਲਦੀ ਹੈ, ਇਸ ਤਰ੍ਹਾਂ ਦਾ ਇਹਦਾ ਡਿਜ਼ਾਇਨ ਆ। ਸੋ ਇਹਦੇ ਵਿੱਚ ਕੋਈ ਜੇ ਆਪਾਂ ਕਹਿ ਦਈਏ ਵੀ ਇਹ ਪਹਿਲਾਂ ਵਾਲੀ ਪਾਲਕੀ ਹੈ, ਜਿਵੇਂ ਪਹਿਲਾਂ ਪਾਲਕੀ ਹੁੰਦੀ ਸੀ ਉਵੇਂ ਹੀ ਪਾਲਕੀ ਹੈ, ਅਸੀਂ ਤਾਂ ਇਹਦੇ ਵਿੱਚ ਇੱਕ ਇੰਜੀਨੀਅਰਿੰਗ ਅਸੀਂ ਇੱਥੇ ਡਿਵੈਲਪਮੈਂਟ ਕੀਤੀ ਹੈ ਕਿ ਵੇਖੋ ਉਹੀ ਪਾਰਸਾ ਜਿਹੜਾ ਉੱਪਰ ਖੜਾ ਰਹਿੰਦਾ ਸੀਗਾ ਪਹਿਲੀਆਂ ਪਾਲਕੀਆਂ 'ਚ, ਹੁਣ ਜਿਹੜਾ ਪਾਰਸਾ ਥੱਲੇ ਆ ਜਾਂਦਾ। ਸਭ ਤੋਂ ਵੱਡੀ ਗੱਲ ਜਿਹੜੀ ਲੱਕੜ ਆ, ਹੁਣ ਮੰਨ ਕੇ ਚੱਲੋ ਜਿਹੜੀ ਲੱਕੜ ਆ
ਲੱਕੜ ਦਾ ਕੰਮ ਆ ਇੱਕ ਬਾਲਣ ਦਾ ਕੰਮ ਕਰਦੀ ਹੈ, ਜਦੋਂ ਅੱਗ ਲੱਗ ਜਾਂਦੀ ਹੈ ਨਾ ਤਾਂ ਜਿਹੜੀ ਲੱਕੜ ਆ ਇੱਕ ਬਾਲਣ ਦਾ ਕੰਮ ਕਰਦੀ ਹੈ, ਖੁਦ ਉਹ ਜਿਹੜੀ ਲੱਕੜ ਆ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਗਨ ਭੇਟ ਕਰਦੀ ਹੈ, ਕਿਉਂਕਿ ਜਿਹੜੀ ਇਹ ਰਿਸਰਚ ਹੈ ਹੋਈ ਵੀ ਇੱਥੋਂ ਹੀ ਆ। ਅਸੀਂ ਕਿਤੇ ਜਾ ਰਹੇ ਸੀਗੇ, ਰਾਸਤੇ ਸਾਨੂੰ ਪਤਾ ਲੱਗਿਆ ਕਿ ਇਸ ਪਿੰਡ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਅਗਨ ਭੇਟ ਹੋ ਗਿਆ। ਅਸੀਂ ਜਦੋਂ ਜਾ ਕੇ ਦੇਖਿਆ ਤਾਂ ਲੱਕੜ ਦੇ ਬਣੇ ਹੋਏ ਬੈੱਡ, ਉਹਨਾਂ ਨੇ ਸਾਨੂੰ ਵੀਡੀਓ ਵਿਖਾਈ, ਵੀਡੀਓ ਦੇ ਵਿੱਚ ਇੱਕ ਪੱਖੇ ਤੋਂ ਜਿਹੜੀ ਅੱਗ ਲੱਗਦੀ ਹੈ, ਪੱਖੇ ਤੋਂ ਅੱਗ ਲੱਗ ਕੇ ਹੌਲੀ ਹੌਲੀ ਉਹ ਜਿਹੜੇ ਲੱਕੜ ਦੇ ਬੈੱਡਾਂ ਤੱਕ ਪਹੁੰਚ ਜਾਂਦੀ ਹੈ, ਤਾਂ ਲੱਕੜ ਦੇ ਬੈੱਡ ਹੀ ਫਿਰ ਇੱਕ ਬਾਲਣ ਦਾ ਕੰਮ ਕਰਦੇ ਆ, ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਗੁਰੂ ਮਹਾਰਾਜ ਦੇ ਅਗਨ ਭੇਟ ਹੋ ਜਾਂਦੇ ਆ। ਪਰ ਅਸੀਂ ਇਸ ਤੋਂ ਸੋਚਿਆ ਵੀ ਕਿਉਂ ਆਪਾਂ ਇੰਨੇ ਆਪਾਂ ਸਿਰਫ ਇੱਕ ਬਿਊਟੀ ਨੂੰ ਨਾ ਲੈ ਕੇ ਚੱਲੀਏ ਕਿ ਇੱਕ ਬਿਊਟੀ ਆ ਲੱਕੜ ਵੀ ਬਹੁਤ ਸੋਹਣੀ ਆ, ਅਸੀਂ ਹੁਣ ਇਹਦੇ ਵਿੱਚ ਬਿਲਕੁਲ ਵੀ ਲੱਕੜ ਦੀ ਵਰਤੋਂ ਨਹੀਂ ਕੀਤੀ, ਜਿੰਨੀ ਮਰਜ਼ੀ ਹੁਣ ਅੱਗ ਲੱਗੀ ਹੋਵੇ। ਨਾਮ ਦੱਸ ਸਕਦੇ ਹੋ ਜਿਹੜੇ ਮੈਟਲਸ ਯੂਜ਼ ਕੀਤੇ ਨੇ? ਨਹੀਂ ਮੈਮ, ਅਸੀਂ ਨਾਮ ਨਹੀਂ ਇਹਦੇ ਵਿੱਚ ਦੱਸਾਂਗੇ ਕਿਉਂਕਿ ਇਹ ਸਾਡੀ ਪ੍ਰਾਈਵੇਸੀ ਹੈ, ਬਟ ਇਹਨਾਂ ਕੀ ਜਿਹੜੀ ਬਾਹਰੋਂ ਬਣੀ ਹੋਈ ਆ, ਜਿਹੜੀ ਇਹ 'ਚ ਡੈਕੋਰੇਸ਼ਨ ਹੋਈ ਵੀ ਆ, ਉਹ ਸਟੀਲ ਦੀ ਆ ਜੀ। ਅੱਗ ਲੱਗਣ ਦਾ ਖਤਰਾ ਨਹੀਂ ਰਹਿੰਦਾ? ਅੱਗ ਲੱਗਣ ਦਾ ਖਤਰਾ ਨਹੀਂ ਰਹਿੰਦਾ। ਜ਼ਰੂਰੀ ਨਹੀਂ ਹੁੰਦਾ ਕਿ ਕਈ ਵਾਰੀ ਸ਼ਰਾਰਤੀ ਅਨਸਰ ਤਾਂ ਅਜਿਹੀਆਂ ਕੁਝੀਆਂ ਹਰਕਤਾਂ ਕਰਦੇ ਨੇ, ਪਰ ਕਈ ਵਾਰ ਸ਼ਾਰਟ ਸਰਕਟ ਦੇ ਕਾਰਨ ਵੀ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਹੈ। ਹਾਂਜੀ ਬਿਲਕੁਲ ਜੀ, ਜ਼ਿਆਦਾਤਰ ਤਾਂ ਆਪਾਂ ਦੇਖਦੇ ਹਾਂ ਕਿ ਸ਼ਾਰਟ ਸਰਕਟ ਕਾਰਨ ਹੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਆ ਜਿਹੜੀ ਹੋ ਜਾਂਦੀ ਹੈ। ਬਾਕੀ ਸ਼ਰਾਰਤੀ ਅਨਸਰਾਂ ਲਈ ਵੀ ਅਸੀਂ ਇੱਕ ਸਪੈਸ਼ਲ ਸਿਕਿਉਰਿਟੀ ਅਤੇ ਸੇਫਟੀ ਸਿਸਟਮ ਬਣਾਏ ਆ ਕਿ ਜਦੋਂ ਹੀ ਗੁਰਦੁਆਰਾ ਸਾਹਿਬ ਦੇ ਕੋਈ ਵਿਅਕਤੀ ਅੰਦਰ ਐਂਟਰ ਕਰਦਾ ਹੈ ਤਾਂ ਉਹ ਅਲਾਰਮ ਸਿਸਟਮ ਵੱਜਦਾ ਆ, ਦੈਨ ਟਾਈਮ ਦੀ ਸਿਕਿਉਰਿਟੀ ਸਿਸਟਮ ਹੋਰ ਤਰ੍ਹਾਂ ਕੰਮ ਕਰਦੀ ਹੈ, ਰਾਤ ਦੀ ਹੋਰ ਤਰ੍ਹਾਂ ਕੰਮ ਕਰਦੀ ਹੈ। ਸੋ ਅਸੀਂ ਇਹ ਵੀ ਇੱਕ ਅਲੱਗ ਅਲੱਗ ਅਸੀਂ ਕਨਸੈਪਟ ਬਣਾਏ ਹੋਏ ਆ। ਸਿੰਘ ਸਾਹਿਬ ਮਨ ਬਹੁਤ ਉਦਾਸ ਹੁੰਦਾ ਹੈ ਬੇਅਦਬੀ ਦੀਆਂ ਘਟਨਾਵਾਂ ਬਾਰੇ ਸੁਣ ਕੇ, ਦੇਖ ਕੇ ਕਿਸ ਤਰ੍ਹਾਂ ਅਗਨ ਭੇਂਟ ਕਰ ਦਿੱਤੇ ਜਾਂਦੇ ਨੇ ਪਾਵਨ ਸਰੂਪ, ਜਾਂ ਕਈ ਵਾਰੀ ਤਾਂ ਜਿਹੜੇ ਪਾਵਨ ਸਰੂਪ ਨੇ ਉਹਨਾਂ ਦੇ ਜਿਹੜੇ ਪੰਨੇ ਨੇ ਉਹ ਪਾੜੇ ਜਾਂਦੇ ਨੇ, ਟੁਕੜੇ ਟੁਕੜੇ ਕੀਤੇ ਜਾਂਦੇ ਨੇ, ਤਾਂ ਮਨ ਬਹੁਤ ਉਦਾਸ ਹੁੰਦਾ ਇਹ ਸਭ ਦੇਖ, ਕਿ ਲੋਕਾਂ ਦੀ ਮਾਨਸਿਕਤਾ 'ਤੇ ਸਵਾਲ ਖੜੇ ਹੁੰਦੇ ਨੇ। ਅਸੀਂ ਸਿਰਫ ਇਨਸਾਫ ਮੰਗਦੇ ਰਹਿੰਦੇ ਹਾਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਸਜ਼ਾ ਦਿਓ, ਪਰ ਰੋਕਣ ਦੇ ਲਈ ਅਸੀਂ ਸ਼ਾਇਦ ਕੁਛ ਨਹੀਂ ਕਰ ਰਹੇ ਸੀ। ਤਾਂ ਇਸ ਪ੍ਰੋਜੈਕਟ ਨੂੰ ਦੇਖ ਕੇ ਕੀ ਆਇਆ ਤੁਹਾਡੇ ਮਨ ਦੇ ਵਿੱਚ? ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਘਟਨਾਵਾਂ 'ਤੇ ਠੱਲ ਪਏਗੀ? ਸੁਮਨ ਜੀ, ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਚੈਨਲ ਦਾ ਧੰਨਵਾਦ ਕਰਦਾ ਕਿ ਅੱਜ ਬਹੁਤ ਦੁੱਖ ਦੀ ਗੱਲ ਸੀ ਕਿ ਵਾਕਈ ਜਿਵੇਂ ਤੁਸੀਂ ਦੱਸਿਆ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕਾਂ ਹੀ ਅਗਨ ਭੇਟ ਹੋਣ ਦੀਆਂ ਘਟਨਾਵਾਂ ਸਾਡੇ ਵੇਖਣ ਵਿੱਚ ਆਈਆਂ। ਮੈਂ ਸਮਝਦਾ ਕਿ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇਈ, ਪਵਿੱਤਰ ਸਿੰਘ ਬਰਾੜ ਜਿੰਦੀਅਰ ਵੱਲੋਂ ਜੋ ਇਹ ਫਾਇਰ ਪਰੂਫ ਪਾਲਕੀ ਸਾਹਿਬ ਤਿਆਰ ਕੀਤਾ ਗਿਆ, ਮੈਂ ਸਮਝਦਾ ਕਿ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹੱਥ ਬੰਨ੍ਹ ਕੇ ਕਿ ਸਾਨੂੰ ਇਹ ਫਾਇਰ ਪਰੂਫ ਪਾਲਕੀ ਸਾਹਿਬ ਸ਼ੋਭਿਤ ਕਰਨਾ ਚਾਹੀਦਾ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ, ਕਿਉਂਕਿ ਅੱਗੇ ਤੋਂ ਇਹ ਅਣਸਿੱਖਾਵੀਂ ਘਟਨਾ ਨਾ ਵਾਪਰ ਸਕੇ। ਮੈਂ ਇਹ ਬੇਨਤੀ ਉਮਰਾਲਾ ਫਾਊਂਡੇਸ਼ਨ ਦਾ ਕੌਮੀ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਬੇਨਤੀ ਕਰਦਾ ਦੇਸ਼ ਵਾਸੀਆਂ ਨੂੰ। ਪਰ ਸਿੰਘ ਸਾਹਿਬ, ਲੋਕ ਤਾਂ ਇਹ ਵੀ ਕਹਿ ਸਕਦੇ ਨੇ ਕਿ ਕੀਮਤ ਲੱਖਾਂ ਦੇ ਵਿੱਚ ਹੈ, 2 ਲੱਖ ਤੱਕ ਤਿਆਰ ਹੁੰਦੀ ਹੈ, 60,000 ਤੋਂ ਕੀਮਤ ਸ਼ੁਰੂ ਹੁੰਦੀ ਹੈ, ਤਾਂ ਅਸੀਂ ਧਿਆਨ ਰੱਖ ਲਾਂਗੇ ਉਹ ਜ਼ਿਆਦਾ ਬਿਹਤਰ ਹੈ ਲੱਖਾਂ ਖਰਚਣ ਦੇ ਨਾਲ? ਨਹੀਂ ਜੀ, ਇਹ ਹੋ ਹੀ ਨਹੀਂ ਰਿਹਾ। ਸਾਡੇ ਬੜੇ ਜਾਬਤੇ ਕੀਤੇ ਗਏ ਕਮੇਟੀ ਵੱਲੋਂ, ਪਹਿਰੇਦਾਰ, ਟਾਸਕ ਫੋਰਸਾਂ, ਫਿਰ ਵੀ ਆ ਤਖ਼ਤ ਸਾਹਿਬ ਤੇ ਪਿਛਲੇ ਦਿਨੀ ਜੀ ਪਹਿਰੇ ਲੱਗੇ ਹੋਏ ਸੀ ਤੇ ਫਿਰ ਵੀ ਬੇਅਦਬੀ ਹੋ ਗਈ। ਇਸ ਕਰਕੇ ਅਗਨ ਭੇਟ ਦੀਆਂ ਘਟਨਾਵਾਂ ਨੂੰ, ਔਰ ਜਿਹੜਾ ਨੌਜਵਾਨ ਸੀ ਜਿਸ ਦਾ ਹੱਥ ਸੀ ਬੇਅਦਬੀ ਦੇ ਪਿੱਛੇ, ਉਸ ਦਾ ਸਿਰਫ ਸਮਾਜਿਕ ਬਾਈਕਾਟ ਕੀਤਾ ਗਿਆ, ਇਹ ਉਹਦੀ ਸਜ਼ਾ ਸੀ ਜੋ ਉਸਨੇ ਕੀਤਾ? ਠੀਕ ਹੈ, ਇੱਥੇ ਹੀ ਬਸ, ਇੱਥੇ ਠੱਪਤਾ, ਪਰ ਕੋਈ ਉਪਰਾਲਾ ਨਹੀਂ ਕੀਤਾ ਗਿਆ। ਤੇ ਅਸੀਂ ਇਹ ਉਪਰਾਲਾ ਕੀਤਾ ਹੈ ਕਿ 2-2.5 ਲੱਖ ਰੁਪਈਆ ਗੁਰੂ ਸਾਹਿਬ ਦੇ ਸੇਵਾ ਸੰਭਾਲ ਦੇ ਵਾਸਤੇ, ਕੋਈ ਵੱਡੀ ਗੱਲ ਨਹੀਂ ਪਿੰਡ ਵਾਸਤੇ, ਜਿੱਥੇ ਅਸੀਂ ਲੱਖਾਂ ਰੁਪਈਆ ਬਿਲਡਿੰਗਾਂ 'ਤੇ ਲਾ ਦਿੰਦੇ ਹਾਂ,
ਉੱਥੇ ਗੁਰੂ ਸਾਹਿਬ ਨੂੰ ਸੇਫ ਰੱਖਣ ਵਾਸਤੇ ਮੈਂ ਸਮਝਦਾ ਕਿ ਇਹ ਫਾਇਰ ਪ੍ਰੂਫ ਪਾਲਕੀ ਜੇ ਗੁਰਦੁਆਰਾ ਸਾਹਿਬ ਬਣਾ ਹੀ ਰਹੇ ਹਾਂ ਹੈ ਨਾ, ਜੇ ਉਹਦੇ ਵਿੱਚ 2 ਲੱਖ ਰੁਪਇਆ ਅਸੀਂ ਸੇਫਟੀ ਵਾਸਤੇ ਵੀ ਵਰਤ ਲੈਂਦੇ ਹਾਂ ਤਾਂ ਕੋਈ ਬੁਰਾਈ ਨਹੀਂ ਉਹਦੇ ਵਿੱਚ, ਹਾਂ ਕੋਈ ਬਾਲਾ ਨਹੀਂ ਗਾ। ਇਹ ਸੰਗਤਾਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਗੀਆਂ। ਹਾਂ, ਦਾਸ ਚੰਦ ਸਿੰਘ ਡੋਡ ਉਪਰਾਲਾ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਕਿ ਇਹ ਪਾਲਕੀ ਸਾਹਿਬ ਹਰ ਇੱਕ ਗੁਰਦੁਆਰੇ ਦੇ ਵਿੱਚ ਸ਼ੋਭਿਤ ਹੋਣਾ ਚਾਹੀਦਾ ਤਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੁਰੱਖਿਅਤ ਰੱਖਣ ਵਾਸਤੇ ਇਹਦੀ ਪਾਲਕੀ ਸਾਹਿਬ ਦੀ ਸੇਵਾ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਜਾਵੇ। ਪਵਿੱਤਰ ਜੀ, ਗੁਰਦੁਆਰਾ ਸਾਹਿਬ ਅਸੀਂ ਆਏ ਹਾਂ, ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਦਾਖਲ ਹੋ ਕੇ ਵੀ ਬਹੁਤ ਸਾਰੇ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ। ਜਿਸ ਤਰ੍ਹਾਂ ਦੁਪਹਿਰ ਦਾ ਵੇਲਾ ਹੈ ਤਾਂ ਜੇਕਰ ਕੋਈ ਦਾਖਲ ਹੁੰਦਾ ਕਿਸੇ ਗਲਤ ਮਨਸ਼ਾ ਦੇ ਨਾਲ ਦਾਖਲ ਹੁੰਦਾ ਤਾਂ ਕਿਵੇਂ ਪਤਾ ਲੱਗੇਗਾ? ਜੋ ਤੁਸੀਂ ਬਣਾਇਆ ਜਿਸ ਤਰ੍ਹਾਂ ਤੁਸੀਂ ਪਾਲਕੀ ਸਾਹਿਬ ਦਿਖਾਏ ਸੀ, ਗੁਰਦੁਆਰੇ ਦੇ ਅੰਦਰ ਜਦੋਂ ਕੋਈ ਸ਼ਰਾਰਤੀ ਅਨਸਰ ਦਾਖਲ ਹੋਏਗਾ ਤਾਂ ਕਿਵੇਂ ਪਤਾ ਲੱਗੇਗਾ? ਕਿਉਂਕਿ CCTV ਕੈਮਰਿਆਂ ਦੇ ਵਿੱਚ ਤਾਂ ਉਹ ਕੁਝ ਕੈਦ ਹੁੰਦਾ ਜਦੋਂ ਸਭ ਹੋ ਜਾਂਦਾ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਜੀ। ਇਹਦੇ ਸੁਮਨ ਮੈਮ ਦੇਖੋ, ਇਹਦੇ 'ਚ ਅਸੀਂ ਵੱਖ ਵੱਖ ਟਾਈਪ ਦੇ ਅਸੀਂ ਫੰਕਸ਼ਨ ਪਾਏ ਹੋਏ ਆ, ਇਹਨੂੰ ਅਸੀਂ ਸਿਕਿਉਰਿਟੀ ਅਤੇ ਸੇਫਟੀ ਦਾ ਨਾਮ ਦਿੱਤਾ ਹੋਇਆ। ਫੋਰ ਐਗਜ਼ਾਮਪਲ, ਰਾਤ ਦੇ ਟਾਈਮ ਜੇ ਕੋਈ ਸ਼ਰਾਰਤੀ ਅਨਸਰ ਆਉਂਦਾ, ਜਿਹੜੇ ਕੈਮਰੇ ਆ, ਕੈਮਰਿਆਂ ਦਾ ਕੰਮ ਆ ਸਿਰਫ ਇੱਕ ਰਿਕਾਰਡਿੰਗ ਕਰਨਾ। ਜਦੋਂ ਕੋਈ ਵੀ ਵਾਰਦਾਤ ਹੋ ਜਾਂਦੀ ਹੈ ਤਾਂ ਆਪਾਂ ਅਗਲੇ ਦਿਨ ਜਾਂ ਕੁਛ ਟਾਈਮ ਬਾਅਦ ਆਪਾਂ ਇੱਕ ਵੀਡੀਓ ਦੇਖ ਰਹੇ ਹੁੰਦੇ ਹਾਂ ਕਿ ਸ਼ਰਾਰਤੀ ਅਨਸਰ ਨੇ ਆਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ। ਕੈਮਰਿਆਂ ਦਾ ਸਿਰਫ ਇਹੀ ਕੰਮ ਆ। ਬਟ ਜਿਹੜਾ ਅਸੀਂ ਇਹ ਸਿਕਿਉਰਿਟੀ ਸਿਸਟਮ ਬਣਾਇਆ, ਤੁਹਾਨੂੰ ਅਸੀਂ ਦਿਖਾਵਾਂਗੇ, ਅਸੀਂ ਇਸਦਾ ਲਾਈਵ ਦਿਖਾਵਾਂਗੇ ਤੁਹਾਨੂੰ ਅਸੀਂ, ਵੀ ਰਾਤ ਦੇ ਟਾਈਮ ਜੇ ਕੋਈ ਵੀ ਚੋਰ ਜਾਂ ਕੋਈ ਸ਼ਰਾਰਤੀ ਅਨਸਰ ਜਦੋਂ ਆਊਗਾ, ਆਹ ਦੇਖੋ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਅਸੀਂ ਦਰਵਾਜ਼ਾ ਖੋਲ੍ਹਿਆ ਅਤੇ ਨਾਲ ਦੀ ਨਾਲ ਜਿਹੜਾ ਇਹ ਹੂਟਰ ਹੈਗਾ ਉਹ ਵੱਜਣ ਲੱਗ ਪੈਂਦਾ, ਭਾਵ ਸਾਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਕਿ ਇਹ ਸਿਸਟਮ ਹੈਗਾ ਆ। ਇਹ ਆ, ਇਹ ਸਾਰਾ ਸਿਸਟਮ ਬੰਦ ਕਰ ਦਿੱਤਾ ਫਿਲਹਾਲ ਦੀ ਘੜੀ, ਅਸੀਂ ਹੂਟਰ ਬੰਦ ਕਰ ਦਿੱਤਾ। ਪਰ ਜਿਸ ਤਰ੍ਹਾਂ ਰਾਤ ਦੇ ਵੇਲੇ ਜਦੋਂ ਕੋਈ ਗਲਤ ਮਨਸ਼ਾ ਦੇ ਨਾਲ ਗੁਰਦੁਆਰਾ ਸਾਹਿਬ ਦਾਖਲ ਹੁੰਦਾ ਹੈ, ਚੋਰੀ ਛੁਪੇ ਦਾਖਲ ਹੁੰਦਾ, ਤਾਂ ਦਾਖਲ ਹੁੰਦਿਆਂ ਸਾਰੀ ਇਹ ਹੂਟਰ ਵੱਜੇਗਾ। ਹੁਣ ਦਿਨ ਦਾ ਵੇਲਾ ਹੈ, ਜੇ ਦਿਨ ਦੇ ਵੇਲੇ ਕੋਈ ਸ਼ਰਾਰਤੀ ਅਨਸਰ ਦਾਖਲ ਹੁੰਦਾ ਹੈ ਤਾਂ ਆਪਾਂ ਦਰਵਾਜ਼ੇ ਨੂੰ ਹੱਥ ਲਗਾਇਆ, ਖੋਲ ਦਿੱਤਾ, ਅੰਦਰ ਕੋਈ ਨਹੀਂ ਹੈ, ਗ੍ਰੰਥੀ ਸਾਹਿਬ ਵੀ ਨਹੀਂ ਹੈਗੇ ਜੀ, ਤਾਂ ਜਿਸ ਮਨਸ਼ਾ ਦੇ ਨਾਲ ਉਹ ਅੰਦਰ ਜਾ ਰਿਹਾ ਉਹ ਕਿਵੇਂ ਪਤਾ ਲੱਗੇਗਾ? ਇਸ ਸਿਸਟਮ ਦੇ ਵਿੱਚ ਇੱਕ ਦਿਨ ਟਾਈਮ ਦਾ ਸਿਕਿਉਰਿਟੀ ਸਿਸਟਮ ਫੰਕਸ਼ਨ ਆ। ਬਾਈ ਚਾਂਸ ਗੁਰਦੁਆਰਾ ਸਾਹਿਬ ਕੋਈ ਵੀ ਮੌਜੂਦ ਨਹੀਂ ਹੈ, ਗ੍ਰੰਥੀ ਸਿੰਘ ਵੀ ਮੌਜੂਦ ਨਹੀਂ ਹੈਗਾ, ਕੋਈ ਵੀ ਪਰਸਨ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਆਉਂਦਾ ਤਾਂ ਆਟੋਮੈਟਿਕਲੀ ਸ਼ਬਦ ਕੀਰਤਨ ਜਿਹੜੇ ਆ ਉਹ ਚੱਲਣ ਲੱਗ ਪੈਂਦੇ ਆ। ਗ੍ਰੰਥੀ ਸਾਹਿਬ ਆਪਣੀ ਗੈਰ ਹਾਜ਼ਰੀ ਦੇ ਵਿੱਚ ਐਕਟੀਵੇਟ ਕਰ ਜਾਂਦੇ ਨੇ ਉਸ ਅਲਾਰਮ ਨੂੰ। ਹਾਂਜੀ, ਗ੍ਰੰਥੀ ਸਿੰਘ ਜੀ ਜਦੋਂ ਬਾਹਰ ਜਾਂਦੇ ਆ ਤਾਂ ਉਹ ਐਕਟੀਵੇਟ ਕਰ ਜਾਂਦੇ ਆ। ਜਦੋਂ ਕੋਈ ਵੀ ਪਰਸਨ, ਉਹ ਹਰ ਟਾਈਮ ਦੇ ਉੱਤੇ ਐਵੇਂ ਨਹੀਂ ਹੁੰਦਾ, ਜਦੋਂ ਕਿਤੇ ਲੋੜ ਵੇਲੇ ਗ੍ਰੰਥੀ ਸਿੰਘ ਜੀ ਬਾਹਰ ਜਾਂਦੇ ਆ ਤਾਂ ਉਦੋਂ ਐਕਟਿਵ ਕਰ ਜਾਂਦੇ ਆ ਸਿਸਟਮ ਨੂੰ। ਜਦੋਂ ਕੋਈ ਵੀ ਪਰਸਨ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਆਉਂਦਾ ਹੈ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਛੱਤ ਦੇ ਉੱਪਰ, ਇਟ ਮੀਨਸ ਭਾਵ ਸਾਨੂੰ ਜਦੋਂ ਕੋਈ ਬੰਦਾ ਮੱਥਾ ਟੇਕਣ ਆਉਂਦਾ ਹੈ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਵੀ ਬੰਦਾ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਹੈ। ਗ੍ਰੰਥੀ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਤਾਂ ਇਸ ਤੋਂ ਸਾਨੂੰ, ਚਾਹੇ ਉਹ ਬੰਦਾ ਸਹੀ ਮਨਸ਼ਾ ਲੈ ਕੇ ਅੰਦਰ ਜਾ ਰਿਹਾ, ਚਾਹੇ ਉਹ, ਜ਼ਰੂਰੀ ਨਹੀਂ ਹੈ ਕਿ ਜਿਹੜਾ ਗੈਰ ਹਾਜ਼ਰੀ ਦੇ ਵਿੱਚ ਆਇਆ ਉਸਦੀ ਮਨਸ਼ਾ ਗਲਤ ਹੋਵੇ, ਪਰ ਇੱਕ ਵਾਰ ਅਲਾਰਮ ਮਿਲ ਜਾਣਾ ਕਿ ਕੋਈ ਗਿਆ ਗੈਰ ਹਾਜ਼ਰੀ। ਬਿਲਕੁਲ ਜੀ, ਇੱਕ ਭਾਵ ਸਾਨੂੰ ਇੱਕ ਅਲਰਟ ਹੋ ਜਾਣਾ ਕਿ ਜਿਹੜਾ ਤਾਂ ਵਧੀਆ ਮਨਸ਼ਾ ਨਾਲ ਗਿਆ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਗਿਆ ਅਤੇ ਸ਼ਬਦ ਕੀਰਤਨ ਚੱਲਣਗੇ ਤਾਂ ਉਹਨੂੰ ਬਹੁਤ ਵਧੀਆ ਲੱਗਦਾ। ਜਿਹੜਾ ਕੋਈ ਸ਼ਰਾਰਤੀ ਅਨਸਰ ਹੋਊਗਾ ਉਹਦੇ ਮਨ ਦੇ ਵਿੱਚ ਉਦੋਂ ਹੀ ਆਜੂਗੀ, ਮੇਰੇ 'ਤੇ ਕੋਈ ਨਿਗਾਹ ਰੱਖੀ ਜਾ ਰਹੀ ਹੈ, ਕੋਈ ਮੈਨੂੰ ਦੇਖ ਰਿਹਾ ਹੈਗਾ, ਜਿਹੜਾ ਸ਼ਬਦ ਕੀਰਤਨ ਚੱਲਣ ਲੱਗ ਪਿਆ। ਭਾਵ ਸਾਨੂੰ ਬਾਹਰ ਵਾਲਿਆਂ ਨੂੰ ਵੀ ਪਤਾ ਲੱਗ ਜਾਣਾ, ਪਿੰਡ ਵਾਲਿਆਂ ਨੂੰ, ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵਿਅਕਤੀ ਗਿਆ। ਹੁਣ ਮੰਨ ਕੇ ਚੱਲੋ ਕਿ ਇੱਕ ਘਟਨਾ ਹੋਈ ਸੀ ਕਿ ਇੱਕ ਔਰਤ
ਤੇਲ ਦੀ ਸ਼ੀਸ਼ੀ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ ਤਾਂ ਉਹਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਤੇਲ ਪਾ ਕੇ ਅਗਨ ਭੇਟ ਕਰਤਾ। ਸਾਨੂੰ CCTV ਕੈਮਰਿਆਂ ਦੇ ਥਰੂ ਅਸੀਂ ਬਾਅਦ ਦੇ ਵਿੱਚ ਵੇਖਦੇ ਹਾਂ ਕਿ ਜਿਹੜੀ ਇੱਕ ਔਰਤ ਹੈ ਉਹ ਇੱਕ ਘਟਨਾ ਕਰਮ ਨੂੰ ਜਿਹੜਾ ਅੰਜਾਮ ਦੇਗੀ। ਜੇ ਕੋਈ ਐਵੇਂ ਦਾ ਸਿਸਟਮ ਲੱਗਾ ਹੁੰਦਾ ਤਾਂ ਔਰਤ ਨੂੰ ਵੀ ਪਤਾ ਹੋਣਾ ਸੀ ਕਿ ਮੇਰੇ 'ਤੇ ਕੋਈ ਨਿਗਾਹ ਰੱਖੀ ਜਾ ਰਹੀ ਹੈ, ਜਾਂ ਸਾਰੇ ਪਿੰਡ ਨੂੰ ਵੀ ਪਤਾ ਹੋਣਾ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਹੈ ਮੌਜੂਦ ਹੈ। ਸੋ ਤੁਹਾਨੂੰ ਅਸੀਂ ਇਹ ਜਿਹੜਾ ਫੰਕਸ਼ਨ ਆ ਤੁਹਾਨੂੰ ਦਿਖਾਉਂਦੇ ਹਾਂ ਕਿ ਜਦੋਂ ਕੋਈ ਵੀ ਬੰਦਾ ਮੱਥਾ ਟੇਕਣ ਜਾਂਦਾ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਇਹ ਕਿਸ ਤਰ੍ਹਾਂ ਵਰਕ ਕਰਦਾ। ਭਾਵ ਜਦੋਂ ਆਪਾਂ ਹੁਣ ਅੰਦਰ ਆਏ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਥਾ ਟੇਕਣ ਆਏ ਹਾਂ, ਦਰਸ਼ਨ ਕਰਨ ਆਏ ਹਾਂ, ਤਾਂ ਜਿਹੜੇ ਸ਼ਬਦ ਕੀਰਤਨ ਹੈਗੇ ਆ ਇਹ ਆਟੋਮੈਟਿਕਲੀ ਚੱਲਣ ਲੱਗ ਪੈਂਦੇ ਆ। ਭਾਵ ਹੁਣ ਸਾਨੂੰ ਕਿੰਨਾ ਸੰਪੂਰਨ ਮਿਲ ਰਿਹਾ ਕਿ ਜਦੋਂ ਅਸੀਂ ਮੱਥਾ ਟੇਕਣ ਆਏ ਹਾਂ ਗੁਰਦੁਆਰਾ ਸਾਹਿਬ ਅੰਦਰ ਸ਼ਾਂਤੀ ਸੀਗੀ, ਤਾਂ ਜਦੋਂ ਆਉਂਦਿਆਂ ਸਾਰ ਹੀ ਸਾਨੂੰ ਸ਼ਬਦ ਕੀਰਤਨ ਸੁਣਨ ਨੂੰ ਮਿਲਦੇ ਆ ਤਾਂ ਸਾਨੂੰ ਬਹੁਤ ਵਧੀਆ ਲੱਗਦਾ। ਤਾਂ ਜੇ ਕੋਈ ਵੀ ਸ਼ਰਾਰਤੀ ਅੰਸਰ ਹੈ ਜੇ ਜਿਹੜਾ ਕੋਈ ਗਲਤ ਮੰਸ਼ਾ ਨਾ ਕੋਈ ਗੁਰਦੁਆਰਾ ਸਾਹਿਬ ਅੰਦਰ ਆ ਰਿਹਾ ਹੈਗਾ, ਜਦੋਂ ਉਹ ਆਊਗਾ ਜੋ ਸ਼ਬਦ ਕੀਰਤਨ ਚੱਲਣਗੇ ਤਾਂ ਭਾਵ ਉਹਨੂੰ ਵੀ ਪਤਾ ਲੱਗੂਗਾ ਕਿ ਮੇਰੇ 'ਤੇ ਕੋਈ ਨਜ਼ਰ ਰੱਖੀ ਜਾ ਰਹੀ ਹੈ। ਇਹ ਸ਼ਬਦ ਕੀਰਤਨ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਚੱਲਦੇ ਆ ਅਤੇ ਗੁਰਦੁਆਰਾ ਸਾਹਿਬ ਦੀ ਉੱਪਰ ਵਾਲੀ ਛੱਤ 'ਤੇ ਵੀ ਚੱਲਦੇ ਆ, ਭਾਵ ਸਾਰੇ ਪਿੰਡ ਦੇ ਵਿੱਚ ਵੀ ਸੁਣਦੇ ਆ। ਸਾਨੂੰ ਬਾਹਰ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵਿਅਕਤੀ ਮੌਜੂਦ ਹੈ। ਸੋ ਇਹ ਹੈਗਾ ਦਿਨ ਟਾਈਮ ਦਾ ਸਿਕਿਉਰਿਟੀ ਸਿਸਟਮ। ਹਾਂਜੀ, ਸਾਡੇ ਗੁਰੂ ਘਰ ਵਿੱਚ 2 ਸਾਲ ਹੋ ਗਏ ਸਿਕਿਉਰਿਟੀ ਸਿਸਟਮ ਲੱਗੇ ਨੂੰ ਜੀ, ਜਿਹੜਾ ਕਿ ਦਿਨ ਅਤੇ ਰਾਤ ਦੇ ਵਿੱਚ ਵਧੀਆ ਕੰਮ ਕਰਦਾ ਹੈ, ਜਿਹਦਾ ਕਿ ਸਾਨੂੰ ਕੋਈ ਵੀ ਖਤਰੇ ਵਾਲੀ ਗੱਲ ਕੋਈ ਨਹੀਂ ਗੀ ਅਤੇ ਕੋਈ ਵੀ ਪਰਸਨ ਇੱਥੇ ਕੋਈ ਗਲਤ ਨਿਗਾਹ ਨਾਲ ਆਉਂਦਾ ਅਤੇ ਸਾਨੂੰ ਸਾਰੇ ਪਿੰਡ ਨੂੰ ਅਲਰਟ ਕਰਦਾ ਦਿਨੇ ਅਤੇ ਰਾਤ। ਬਾਬਾ ਜੀ, ਜੋ ਤੁਸੀਂ ਇੱਥੋਂ ਗੈਰ ਹਾਜ਼ਰ ਹੁੰਦੇ ਹੋ, ਜਦੋਂ ਤੁਸੀਂ ਇੱਥੇ ਨਹੀਂ ਹੁੰਦੇ ਤਾਂ ਤੁਸੀਂ ਐਕਟੀਵੇਟ ਕਰਕੇ ਜਾਂਦੇ ਹੋ? ਹਾਂਜੀ, ਐਕਟੀਵੇਟ ਕਰਕੇ ਜਾਂਦੇ ਦਿਨੇ ਜਾਂ ਰਾਤ ਨੂੰ, ਜਦੋਂ ਵੀ ਅਸੀਂ ਜਾਣਾ ਹੁੰਦਾ ਕਿਤੇ ਜਾਂ ਗੁਰੂ ਘਰੇ ਬਾਹਰ ਕਿਤੇ ਜਾਣਾ ਹੁੰਦਾ ਕੋਈ ਕੰਮ ਕਰਦੇ, ਇਹ ਦਿਨੇ ਵੀ ਅਤੇ ਰਾਤ ਨੂੰ ਵੀ ਆਉਣ ਹੁੰਦਾ ਜੀ ਅਤੇ ਸਾਰੇ ਪਿੰਡ ਨੂੰ ਅਲਰਟ ਕਰ ਦਿੰਦਾ ਜਦੋਂ ਵੀ ਕੋਈ ਵੀ ਗੱਲਬਾਤ ਹੁੰਦੀ ਹੈ ਜਾਂ ਮੇਰੀ ਗੈਰ ਹਾਜ਼ਰੀ 'ਚ ਕੋਈ ਆਉਂਦਾ ਅਤੇ ਸਾਰੇ ਪਿੰਡ ਨੂੰ ਅਲਰਟ ਕਰ ਦਿੰਦਾ। ਜਿਹੜੀ ਪਾਲਕੀ ਸਾਹਿਬ ਤੁਸੀਂ ਤਿਆਰ ਕੀਤੀ ਹੈ ਉਹ ਤਾਂ ਇੱਥੇ ਨਹੀਂ ਮੌਜੂਦ ਹੈਗੀ, ਪਰ ਜੇ ਇੱਥੇ ਅਗਨ ਪੇਂਟ ਕਰਨ ਦੀ ਮਨਸ਼ਾ ਦੇ ਨਾਲ, ਗਲਤ ਮਨਸ਼ਾ ਦੇ ਨਾਲ ਕੋਈ ਇੱਥੇ ਆਉਂਦਾ ਜਾਂ ਬਾਏ ਚਾਂਸ ਇੱਥੇ ਸ਼ਾਰਟ ਸਰਕਿਟ ਹੋ ਜਾਂਦਾ, ਅੱਗ ਲੱਗ ਜਾਂਦੀ ਹੈ, ਤਾਂ ਕਿਵੇਂ ਬਚਾਅ ਹੋਏਗਾ, ਕਿਵੇਂ ਪਤਾ ਲੱਗੇਗਾ ਜਾਂ ਕਿਵੇਂ ਇੱਥੇ ਪਾਵਨ ਸਰੂਪ ਜਿਹੜੇ ਨੇ ਉਹਨਾਂ ਦੀ ਬੇਅਦਬੀ ਨਹੀਂ ਹੋਏਗੀ? ਪਹਿਲਾਂ ਤਾਂ ਜੀ ਅਸੀਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਵੀ ਇਲੈਕਟ੍ਰੀਸਿਟੀ ਪਾਵਰ ਹੈਗੀ ਆ ਤੁਸੀਂ ਇਸ ਨੂੰ ਵੀ ਦੂਰ ਰੱਖਿਆ ਜਾਵੇ। ਬਾਈ ਦਾ ਵੇ ਕਿਸੇ ਵੀ ਸ਼ਾਰਟ ਸਰਕਟ ਕਰਕੇ ਜਿੱਥੇ ਅੱਗ ਲੱਗ ਜਾਂਦੀ ਹੈਗੀ ਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਇੱਥੇ ਅੱਗ ਲੱਗ ਜਾਂਦੀ ਹੈਗੀ ਆ, ਇੱਕ ਤਾਂ ਸਾਡਾ ਜਿਹੜਾ ਪਾਲਕੀ ਵਾਲਾ ਪ੍ਰੋਜੈਕਟ ਹੈਗਾ ਇੱਕ ਤਾਂ ਉਹ ਆ, ਠੀਕ ਆ, ਉਹਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਲਕੁਲ ਜਿਹੜੇ ਉਹ ਸੁਰੱਖਿਅਤ ਰਹਿੰਦੇ ਆ। ਦੂਸਰੇ ਨੰਬਰ 'ਤੇ ਜੇ ਕੋਈ ਜ਼ਿਆਦਾ ਕਮੇਟੀਆਂ ਕੋਲ ਜ਼ਿਆਦਾ ਬਜਟ ਨਹੀਂ ਹੁੰਦਾ ਹੈਗਾ, ਉਹ ਘੱਟ ਬਜਟ ਲਾਉਣਾ ਚਾਹੁੰਦੇ ਆ, ਤਾਂ ਫਿਰ ਸਾਡੇ ਕੋਲ ਇਹ ਸਿਕਿਉਰਿਟੀ ਅਤੇ ਸੇਫਟੀ ਸਿਸਟਮ ਹੈ। ਜੇ ਜਦੋਂ ਵੀ ਅੱਗ ਲੱਗ ਜਾਂਦੀ ਆ ਤਾਂ ਇੱਥੇ ਅਸੀਂ ਸੈਂਸਰ ਲਾਏ ਹੋਏ ਆ ਅਤੇ ਇਹ ਸਾਰੇ ਪਿੰਡ ਨੂੰ ਅੰਦਰ ਵੀ ਇੱਥੇ ਆਵਾਜ਼ ਹੁੱਟਰ ਦੀ ਆਉਂਦੀ ਹੈ ਅਤੇ ਬਾਹਰ ਵੀ ਆਉਂਦੀ ਹੈ, ਭਾਵ ਸਾਰੇ ਪਿੰਡਾਂ ਵਿੱਚ ਅਲਰਟ ਹੋ ਜਾਂਦਾ ਹੈ ਕਿ ਇੱਥੇ ਅੱਗ ਲੱਗ ਚੁੱਕੀ ਹੈ। ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਪੈਨਲ ਜੋ ਤੁਸੀਂ ਦੇਖ ਸਕਦੇ ਹੋ, ਇੱਥੋਂ ਇਹ ਜਿਹੜੀ ਸਿਕਿਉਰਿਟੀ ਦਿਨ ਦੀ ਅਤੇ ਰਾਤ ਦੀ ਸਿਕਿਉਰਿਟੀ ਹੈ ਉਹ ਇੱਥੋਂ ਕੰਟਰੋਲ ਹੁੰਦੀ ਹੈ, ਭਾਵ ਕਿ ਜਦੋਂ ਵੀ ਗ੍ਰੰਥੀ ਸਾਹਿਬ ਗੈਰ ਹਾਜ਼ਰ ਹੁੰਦੇ ਨੇ ਉਹ ਇੱਥੇ ਨਹੀਂ ਮੌਜੂਦ ਹੁੰਦੇ ਤਾਂ ਇੱਥੋਂ ਇਹ ਔਨ ਕਰਕੇ ਜਾਂਦੇ ਨੇ। ਜਦੋਂ ਦਰਵਾਜ਼ਾ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਖੁੱਲ੍ਹਦਾ ਹੈ ਤਾਂ ਇੱਕ ਅਲਾਰਮ ਵੱਜਦਾ, ਜਦੋਂ ਕੋਈ ਬਾਰੀ ਤੋੜ ਕੇ ਸ਼ੀਸ਼ਾ ਤੋੜ ਕੇ
ਸ਼ਰਾਰਤੀ ਅੰਸਰ ਅੰਦਰ ਆਉਣ ਦੀ ਕੋਸ਼ਿਸ਼ ਕਰਦਾ, ਉਦੋਂ ਵੀ ਇੱਥੋਂ ਹੀ ਅਲਾਰਮ ਵੱਜਦਾ, ਅਤੇ ਜਦੋਂ ਗ੍ਰੰਥੀ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ, ਭਾਵ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਮੌਜੂਦ ਨਹੀਂ ਹੈਗਾ, ਉਸ ਵੇਲੇ ਅੰਦਰ ਦਾਖਲ ਹੁੰਦਾ, ਤਾਂ ਪੈਨ ਡਰਾਈਵ ਤੁਸੀਂ ਦੇਖ ਸਕਦੇ ਹੋ, ਤਾਂ ਇੱਥੋਂ ਸ਼ਬਦ ਜਿਹੜਾ ਉਹ ਸ਼ੁਰੂ ਹੋ ਜਾਂਦੇ ਨੇ, ਤਾਂ ਜਿਸ ਦੀ ਆਵਾਜ਼ ਨਾ ਸਿਰਫ ਗੁਰਦੁਆਰਾ ਸਾਹਿਬ ਦੇ ਵਿੱਚ ਬਲਕਿ ਬਾਹਰ ਵੀ, ਛੱਤ 'ਤੇ ਵੀ ਅਤੇ ਪਿੰਡ ਵਾਲਿਆਂ ਤੱਕ ਵੀ ਉਹ ਆਵਾਜ਼ ਪਹੁੰਚਦੀ ਹੈ, ਤਾਂ ਸੁਚੇਤ ਜਿਹੜਾ ਉਹ ਇਸ ਤਰ੍ਹਾਂ ਕੀਤਾ ਜਾ ਰਿਹਾ। ਤਾਂ ਸਿਕਿਉਰਿਟੀ ਪੈਨਲ ਜਿਹੜਾ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਦੇ ਅੰਦਰ ਲੱਗਾ ਹੋਇਆ, ਗੁਰਦੁਆਰਾ ਸਾਹਿਬ ਦੇ ਅੰਦਰ ਲੱਗਾ ਹੋਇਆ, ਤਾਂ ਬੇਅਦਬੀ ਦੀਆਂ ਘਟਨਾਵਾਂ 'ਤੇ ਠੱਲ ਪਾਉਣ ਦੇ ਲਈ ਇੱਕ ਬੜਾ ਹੀ ਖੂਬਸੂਰਤ ਉਪਰਾਲਾ ਜਿਹੜਾ ਤੁਸੀਂ ਦੇਖ ਸਕਦੇ ਹੋ, ਕਿਉਂਕਿ ਬਹੁਤ ਵਾਰ ਅਜਿਹਾ ਹੁੰਦਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ, ਬਾਅਦ ਦੇ ਵਿੱਚ CCTV ਫੁਟੇਜ ਖੰਗਾਲੀ ਜਾਂਦੀ ਹੈ, ਜਾਂਚ ਹੁੰਦੀ ਹੈ, ਲੰਮਾ ਸਮਾਂ ਲੱਗ ਜਾਂਦਾ ਇਨਸਾਫ ਮਿਲਣ ਦੇ ਵਿੱਚ, ਪਰ ਇਨਸਾਫ ਨਹੀਂ ਮਿਲਦਾ, ਅਤੇ ਕਈ ਵਾਰ ਲੋਕ ਜਿਹੜੀ ਸੰਗਤ ਹੈ ਉਹ ਸੰਤੁਸ਼ਟ ਵੀ ਨਹੀਂ ਹੁੰਦੀ, ਜੋ ਜਾਂਚ ਹੁੰਦੀ ਹੈ, ਜੋ ਕਾਰਵਾਈ ਹੁੰਦੀ ਹੈ ਉਸ ਤੋਂ ਸੰਤੁਸ਼ਟ ਨਹੀਂ ਹੁੰਦੀ, ਪਰ ਕਿਉਂ ਨਾ ਅਸੀਂ ਇਹਨਾਂ ਘਟਨਾਵਾਂ 'ਤੇ ਠੱਲ ਪਾਉਣ ਲਈ ਕਦਮ ਚੁੱਕੀਏ। ਤਾਂ ਜਿਵੇਂ ਰਾਤ ਦਾ ਸਮਾਂ ਹੁੰਦਾ ਹੈ ਤਾਂ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਕੁਝ ਸ਼ਰਾਰਤੀ ਅੰਸਰ ਕੀ ਕਰਦੇ ਨੇ ਕਿ ਦਰਵਾਜ਼ਾ ਤਾਂ ਬੰਦ ਹੁੰਦਾ ਹੈ ਪਰ ਖਿੜਕੀ ਤੋੜ ਕੇ ਜਾਂ ਸ਼ੀਸ਼ਾ ਤੋੜ ਕੇ ਬੇਅਦਬੀ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ, ਜਿਸ ਨੂੰ ਅਸੀਂ ਬਾਅਦ ਦੇ ਵਿੱਚ CCTV ਕੈਮਰਿਆਂ ਦੇ ਵਿੱਚ ਦੇਖਦੇ ਹਾਂ। ਤੁਸੀਂ ਜਿਹੜਾ ਇੱਥੇ ਇੱਕ ਜੁਗਾੜ ਲਗਾਇਆ ਹੋਇਆ, ਇੱਕ ਇੰਜੀਨੀਅਰ ਦੇ ਦਿਮਾਗ ਨੇ ਜੋ ਕਰਕੇ ਵਿਖਾਇਆ, ਅਸੀਂ ਉਹ ਵੀ ਦੇਖਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਖਿੜਕੀ ਤੋੜ ਕੇ ਜਾਂ ਬਾਰੀ ਤੋੜ ਕੇ ਅੰਦਰ ਦਾਖਲ ਹੁੰਦਾ, ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੁੰਦਾ, ਤਾਂ ਕਿਵੇਂ ਗ੍ਰੰਥੀ ਸਾਹਿਬ ਨੂੰ ਪਤਾ ਲੱਗੇਗਾ ਕਿ ਕੋਈ ਸ਼ਰਾਰਤੀ ਅੰਸਰ ਜਿਹੜਾ ਉਹ ਅੰਦਰ ਵੜਿਆ ਜਾਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾਏ, ਤਾਂ ਉਹ ਸਤਰਕ ਹੋ ਜਾਣ, ਸਚੇਤ ਹੋ ਜਾਣ, ਤਾਂ ਉਹ ਵੀ ਅਸੀਂ ਦੇਖਦੇ ਹਾਂ। ਵੇਖੋ ਜੀ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜੀਆਂ ਘਟਨਾਵਾਂ ਬੇਅਦਬੀ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ, ਜਿਹੜੇ CCTV ਕੈਮਰੇ ਆ ਇਹਨਾਂ ਦਾ ਕੰਮ ਹੈਗਾ ਕਿ ਜਦੋਂ ਕੋਈ ਵੀ ਸ਼ਰਾਰਤੀ ਅੰਸਰ ਅੰਜਾਮ ਦੇ ਕੇ ਘਟਨਾ ਨੂੰ ਚਲਾ ਜਾਂਦਾ ਅਤੇ ਬਾਅਦ ਦੇ ਵਿੱਚ ਆਪਾਂ CCTV ਕੈਮਰੇ ਦੀ ਬਣੀ ਹੋਈ ਵੀਡੀਓ ਆ ਜਿਹੜੀ ਉਹ ਦੇਖਦੇ ਹਾਂ, ਅਤੇ ਬਾਅਦ 'ਚ ਆਪਾਂ ਨੂੰ ਬਹੁਤ ਪਛਤਾਵਾ ਹੁੰਦਾ ਕਿ ਇਹ ਕੰਮ ਤਾਂ ਬਹੁਤ ਮਾੜਾ ਹੋਇਆ। ਪਰ ਅਸੀਂ ਇੱਕ ਸਿਸਟਮ ਬਣਾਇਆ ਹੋਇਆ ਕਿ ਜਦੋਂ ਤਾਂ ਦਰਵਾਜ਼ੇ ਦੇ ਥਰੂ ਵੀ ਕੋਈ ਬੰਦਾ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਰਾਤ ਦੇ ਟਾਈਮ ਸ਼ਰਾਰਤੀ ਅੰਸਰ, ਤਾਂ ਵੀ ਹੂਟਰ ਵੱਜਦਾ। ਜੇ ਬਾਈ ਚਾਂਸ ਜਿਹੜਾ ਸ਼ਰਾਰਤੀ ਅੰਸਰ ਹੈ ਉਹ ਕਿਸੇ ਵੀ ਵਿੰਡੋ ਦੇ ਥਰੂ ਜਾਂ ਸ਼ੀਸ਼ਾ ਭੰਨ ਕੇ ਗੁਰਦੁਆਰਾ ਸਾਹਿਬ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਰਾਤ ਦੇ ਟਾਈਮ, ਤਾਂ ਸਾਰੇ ਪਿੰਡ ਨੂੰ ਅਲਰਟ ਹੋ ਜਾਂਦਾ। ਤੁਹਾਨੂੰ ਅਸੀਂ ਇਸਦਾ ਟ੍ਰਾਇਲ ਦਿਖਾਉਂਦੇ ਹਾਂ। ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਕਿ ਇੱਕ ਅੰਸਰ ਆਇਆ, ਤਾਂ ਨਾਲ ਦੀ ਨਾਲ ਹੀ ਜਦੋਂ ਅਲਾਰਮ ਸਿਸਟਮ ਵੱਜਿਆ ਤੇ ਨਾਲ ਦੀ ਨਾਲ ਉਹ ਬਾਹਰ ਹੋ ਗਿਆ। ਇੱਥੋਂ ਵਿੰਡੋ ਤੋਂ ਜੇ ਕੋਈ ਆਏਗਾ, ਹਾਂਜੀ ਬਿਲਕੁਲ, ਇੱਥੋਂ ਪਤਾ ਲੱਗ ਜਾਏਗਾ। ਇੱਥੋਂ ਜੇ ਕੋਈ ਵਿੰਡੋ ਤੋਂ ਕੋਈ ਵੀ ਆਂਸਰ ਆਉਂਦਾ ਹੈ, ਜਿਵੇਂ ਮਾਰੇ ਬਾਈ ਦਾ ਚਾਂਸ ਉਹ ਸ਼ਰਾਰਤੀ ਅੰਸਰ ਆਇਆ ਤੇ ਨਾਲ ਦੀ ਨਾਲ ਹੀ ਆਪਾਂ ਨੂੰ ਜਿਹੜਾ ਹੂਟਰ ਹੈਗਾ ਉਹ ਨਾਲ ਦੀ ਨਾਲ ਵੱਜਣ ਲੱਗ ਪਊਗਾ, ਤੇ ਜਿਹੜਾ ਸ਼ਰਾਰਤੀ ਅੰਸਰ ਆ ਨਾਲ ਦੀ ਨਾਲ ਹੀ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਭੱਜ ਜਾਊਗਾ ਡਰ ਦਾ ਮਾਰਾ, ਕਿ ਉਹਨੂੰ ਪਤਾ ਲੱਗ ਜਾਊਗਾ ਕਿ ਮੇਰੇ 'ਤੇ ਕੋਈ ਨਜ਼ਰ ਰੱਖੀ ਜਾ ਰਹੀ ਹੈ। ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ? ਹਾਂਜੀ ਹਾਂਜੀ। ਤੇ ਜਦੋਂ ਭਾਈ ਸਾਹਿਬ ਗੈਰ ਹਾਜ਼ਰ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਦੋਂ ਇੱਦਾਂ ਅਲਾਰਮ ਵੱਜਦਾ ਤਾਂ ਪਤਾ ਲੱਗਦਾ ਤੁਹਾਨੂੰ? ਹਾਂਜੀ ਹਾਂਜੀ, ਪੂਰਾ ਸੁਣਦਾ ਜੀ, ਸਾਡੇ ਘਰ ਤੱਕ ਆਵਾਜ਼ ਜਾਂਦੀ ਅਲਾਰਮ ਦੀ ਜੀ, ਅਤੇ ਸਾਰੇ ਪਿੰਡ ਨੂੰ ਪਤਾ ਲੱਗ ਜਾਂਦੀ ਜੀ, ਫਿਰ ਜੋ ਸੰਗਤ ਹੁੰਦੀ ਆ ਨੇੜੇ ਘਰਾਂ ਵਾਲੀ ਉਹ ਪਹੁੰਚ ਕੇ ਦੇਖਦੀ ਆ ਵੀ ਕੋਈ ਵਾਰਦਾਤ ਹੋਈ ਆ ਜੀ। ਦੇਰ ਰਾਤ ਵੱਜਿਆ ਇੱਦਾਂ ਅਲਾਰਮ ਕਦੀ? ਹਾਂਜੀ ਹਾਂਜੀ ਵੱਜਦੇ ਆ ਜੀ, ਫਿਰ ਉੱਠ ਕੇ ਆਈਦਾ ਵਾ ਦੇਖੀਦਾ ਵੀ ਆਪਦੇ ਪਿੰਡ ਦਾ ਗੁਰਦੁਆਰਾ ਸਾਹਿਬ ਆਉਣਾ ਪੈਂਦਾ ਜੀ ਸੰਗਤ ਦੇ ਰੂਪ 'ਚ। ਕੋਈ ਸ਼ਰਾਰਤੀ ਅੰਸਰ ਹੁੰਦਾ? ਨਹੀਂ, ਜ਼ਿਆਦਾਤਰ ਤਾਂ ਨਹੀਂ ਹੁੰਦੇ ਜੀ, ਕਈ ਵਾਰੀ ਦੇਖੇ ਸੰਗਤ ਹੀ ਹੁੰਦੀ ਹੈ ਪਿੰਡ 'ਤੇ ਜੀ, ਕਈ ਵਾਰੀ ਉਹਨਾਂ ਨੂੰ ਨਹੀਂ ਪਤਾ ਹੁੰਦਾ, ਕਈ ਵਾਰੀ ਬੱਚੇ ਹੁੰਦੇ ਆ ਜਾਂ ਇੱਦਾਂ ਹੁੰਦਾ ਜੀ ਕਈ ਵਾਰੀ। ਹਾਂਜੀ, ਪਰ ਇਹ ਹੈ ਕਿ ਸਚੇਤ ਹੋ ਜਾਂਦੇ ਹੋ ਤੁਸੀਂ? ਹਾਂਜੀ ਹਾਂਜੀ, ਸਚੇਤ ਹੋ ਜਾਈਦਾ ਜੀ। ਕਿੰਨੀ ਦੂਰ ਹੈ, ਕਿੰਨੇ ਕਿਲੋਮੀਟਰ ਦੀ ਦੂਰੀ 'ਤੇ ਤੁਹਾਡਾ ਘਰ? ਨਜ਼ਦੀਕ ਹੀ ਹੈ, 2-3 ਘਰ ਛੱਡ ਕੇ।
ਕਿੰਨੇ ਕਿਲੋਮੀਟਰ ਤੱਕ ਆਵਾਜ਼ ਜਾਂਦੀ ਹੈ ਅਲਾਰਮ ਦੀ? ਇਹ ਮਤਲਬ ਇੱਥੇ ਆ ਜੀ ਆਪਾਂ ਤਾਂ ਦੂਸਰੀ ਫਿਰਨੀ ਤੱਕ ਪੂਰੀ ਆਵਾਜ਼ ਸੁਣਦੀ ਹੈ, ਪਿੰਡ ਦੇ ਚਾਰ ਸਫੇਰੇ ਤੱਕ ਪੂਰੀ ਆਵਾਜ਼ ਸੁਣਦੀ ਹੈ ਅਲਾਰਮ ਦੀ। ਤੁਹਾਨੂੰ ਲੱਗਦਾ ਕਿ ਅਸੀਂ ਲੱਖਾਂ ਕਰੋੜਾਂ ਦੀ ਕੀਮਤ ਦੇ ਨਾਲ ਇਮਾਰਤਾਂ ਬਣਾ ਲੈਂਦੇ ਹਾਂ, ਜਿਵੇਂ ਗੁਰਦੁਆਰਾ ਸਾਹਿਬ ਜਦੋਂ ਬਣਾਉਂਦੇ ਹਾਂ ਉਦੋਂ ਵੀ ਇੰਨਾ ਖਰਚਾ ਆ ਜਾਂਦਾ, ਪਰ ਜੇ ਲੱਖ ਡੇਢ ਲੱਖ ਜਾਂ 2 ਲੱਖ ਦੀ ਕੀਮਤ ਦੇ ਨਾਲ ਇਹ ਸਿਕਿਉਰਿਟੀ ਸਿਸਟਮ ਲਾਇਆ ਹੋਏਗਾ ਤਾਂ ਬੇਅਦਬੀਆਂ ਨਹੀਂ ਹੋਣਗੀਆਂ? ਹਾਂਜੀ ਬਿਲਕੁਲ ਜੀ, ਇਹ ਇਸ ਚੀਜ਼ ਦੀ ਆਪਾਂ ਨੂੰ ਅਣਗਹਿਲੀ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਜੇ ਆਪਾਂ ਇਹ ਚੀਜ਼ ਦੇ ਥੋੜ੍ਹੇ ਜਿਹੇ ਪੈਸੇ ਲਾ ਕੇ ਆਪਾਂ ਇਹ ਸਿਸਟਮ ਲਵਾ ਲੈਂਦੇ ਹਾਂ ਤਾਂ ਆਪਾਂ ਨੂੰ ਬੇਅਦਬੀਆਂ ਦੇ ਬਹੁਤ ਘੱਟ ਚਾਂਸ ਦੇਖਣ ਨੂੰ ਮਿਲਣਗੇ। ਬੇਅਦਬੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ, ਪਿੱਛੇ ਜੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਜਿਹੜਾ ਮਾਮਲਾ ਆਇਆ ਸੀ ਤਾਂ ਸੰਗਤ ਸੰਤੁਸ਼ਟ ਨਹੀਂ ਹੈਗੀ, ਜੋ ਜਾਂਚ ਹੋਈ ਹੈ ਜੋ ਕਾਰਵਾਈ ਹੋਈ ਹੈ? ਹਾਂਜੀ ਨਹੀਂ, ਉਹ ਜਾਂਚ ਚੱਲਦੀ ਪਈ ਆ ਅਤੇ ਉਹ ਭਾਈ ਸਾਹਿਬ ਹੁਣੀ ਜਿਹੜੇ ਅੰਮ੍ਰਿਤਪਾਲ ਸਿੰਘ ਜੀ ਆ ਜਾਂਚ ਕਰਦੇ ਪਏ ਆ। ਬਾਕੀ ਕੁਛ ਇੱਦਾਂ ਆਪਾਂ ਨੂੰ ਸਿਸਟਮ ਹੀ ਇੱਦਾਂ ਦੇ ਹੁਣ ਲਵਾਉਣੇ ਚਾਹੀਦੇ ਆ ਜਿੱਦਾਂ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ ਲੱਗਾ ਜੀ, ਠੀਕ ਆ, ਬੇਅਦਬੀ ਆਪੇ ਘੱਟ ਹੋਣਗੀਆਂ ਜਦੋਂ ਅਲਾਰਮ ਵੱਜਣਗੇ ਜਾਂ ਕੈਮਰੇ ਲੱਗੇ ਹੋਣਗੇ, ਠੀਕ ਆ ਜੀ। ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜੋ ਤੁਸੀਂ ਲਗਵਾਇਆ ਹੋਇਆ ਪੈਨਲ ਉਹ ਅਸੀਂ ਵੀ ਲਗਵਾਉਣਾ? ਹਾਂਜੀ ਆਉਂਦੇ ਹੁੰਦੇ ਕਿ ਦਰਸ਼ਨ ਕਰਨ ਸੰਗਤ ਬਹੁਤ ਆਉਂਦੀ ਹੈ ਜੀ, ਉਹ ਸਾਰੇ ਸਿਫਤ ਕਰਦੇ ਬਹੁਤ ਸੋਹਣਾ ਲੱਗਾ, ਹਰੇਕ ਗੁਰੂ ਘਰ 'ਚ ਚਾਹੀਦਾ ਜਿਹਦੇ ਕਰਕੇ ਬੇਅਦਬੀਆਂ ਰੁਕ ਸਕਣ ਜੀ। ਠੀਕ ਹੈ, ਜੋ ਤੁਸੀਂ ਅੱਜ ਦੇਖਿਆ ਇੱਕ ਇੰਜੀਨੀਅਰ ਨੇ ਆਪਣੀ ਹਿੰਮਤ ਦੇ ਸਦਕਾ ਗੁਰੂ ਘਰਾਂ ਦੇ ਵਿੱਚ ਜਾਂ ਜੋ ਪਾਲਕੀ ਤਿਆਰ ਕਰਕੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਨੂੰ ਅਗਨ ਭੇਂਟ ਹੋਣ ਤੋਂ ਬਚਾਇਆ ਜਾ ਸਕਦਾ, ਜਿਸ ਤਰ੍ਹਾਂ ਤੁਹਾਨੂੰ ਅਸੀਂ ਅੱਜ ਲਾਈਵ ਡੈਮੋ ਦਿਖਾਏ ਨੇ। ਦੋਵੇਂ ਡੈਮੋ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਦੇਖਿਆ ਅਤੇ ਜਿੱਥੇ ਪਾਲਕੀ ਵਾਲਾ ਡੈਮੋ ਦਿਖਾਇਆ ਸੀ, ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ, ਇਨਸਾਫ ਕਦੋਂ ਮਿਲੇਗਾ, ਇਹ ਕਦੋਂ ਰੁਕਣਗੀਆਂ, ਇਹ ਜਾਂਚ ਦਾ ਵਿਸ਼ਾ ਹੈ, ਪਰ ਰੋਕਿਆ ਕਿਵੇਂ ਜਾ ਸਕਦਾ? ਇੱਕ ਕਦਮ ਅੱਗੇ ਵਧਾਇਆ ਇੰਜੀਨੀਅਰ ਪਵਿੱਤਰ ਬਰਾੜ ਨੇ, ਤਾਂ ਮੈਨੂੰ ਲੱਗਦਾ ਕਿ ਸ਼ਲਾਘਾਯੋਗ ਹੈ ਇਹ ਕਦਮ, ਅਤੇ ਜੇਕਰ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਰੋਕਣ ਦੇ ਲਈ, ਬੇਅਦਬੀਆਂ ਨੂੰ ਰੋਕਣ ਦੇ ਲਈ ਇਹ ਕਦਮ ਚੁੱਕਿਆ ਜਾਏਗਾ, ਤਾਂ ਮੈਨੂੰ ਲੱਗਦਾ ਇਹ ਵਿਅਰਥ ਨਹੀਂ ਜਾਏਗਾ, ਤਾਂ ਬਹੁਤ ਹੀ ਚੰਗਾ ਕੰਮ ਕੀਤਾ ਇੰਜੀਨੀਅਰ ਪਵਿੱਤਰ ਬਰਾੜ ਨੇ। ਬਹੁਤ ਬਹੁਤ ਧੰਨਵਾਦ, ਤੁਸੀਂ ਮੁਬਾਰਕਬਾਦ ਦੇ ਪਾਤਰ ਹੋ ਅਤੇ ਇੱਕ ਕਦਮ ਅੱਗੇ ਵਧਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਜੀ ਮੈਂ ਡੇਲੀ ਪੋਸਟ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਤਾਂ ਅਸੀਂ ਸਾਰੀ ਸੰਗਤ ਨੂੰ ਡੇਲੀ ਪੋਸਟ ਰਾਹੀਂ ਅਪੀਲ ਕਰਦੇ ਹਾਂ ਕਿ ਪਹਿਲਾਂ ਤਾਂ ਦੋ ਸੇਵਾਦਾਰ, ਸ਼ਾਸਤਰਧਾਰੀ ਦੋ ਸੇਵਾਦਾਰ ਗੁਰਦੁਆਰਾ ਸਾਹਿਬ ਅੰਦਰ ਹਰ ਟਾਈਮ ਉੱਪਰ ਜਿਹੜੇ ਉਹ ਮੌਜੂਦ ਹੋਣੇ ਚਾਹੀਦੇ ਆ। ਆਪਾਂ ਕੋਸ਼ਿਸ਼ ਕਰੀਏ ਕਿ ਦੋ ਸੇਵਾਦਾਰ ਹਰ ਟਾਈਮ ਗੁਰਦੁਆਰਾ ਸਾਹਿਬ ਮੌਜੂਦ ਹੋਣੇ ਚਾਹੀਦੇ ਆ। ਫਿਰ ਆਪਣੇ ਕੋਲ ਪਹਿਲਾਂ ਤਾਂ ਆਪਣੇ ਕੋਲ ਕੋਈ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਨਹੀਂ ਸੀ ਜਿਹਦੇ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹ ਅਗਨ ਭੇਟ ਹੋ ਜਾਂਦੇ ਸੀਗੇ। ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਉਹਨਾਂ ਦੀ ਮਿਹਰ ਸਦਕਾ ਅਸੀਂ ਜਿਹੜੀ ਇਹ ਟੈਕਨੋਲੋਜੀ ਫਾਇਰ ਪਰੂਫ ਜਿਹੜੀ ਪਾਲਕੀ ਬੈੱਡ ਆ, ਪਾਲਕੀ ਸਕਿਉਰਿਟੀ ਸਿਸਟਮ ਹੈ, ਇਹ ਬਣਾਏ ਆ। ਸੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਬਣਾਏ ਆ। ਸੋ ਜੇ ਤੁਸੀਂ ਲਗਵਾਉਣਾ ਚਾਹੁੰਦੇ ਹੋ ਤੁਸੀਂ ਤਾਂ ਅਸੀਂ ਤੁਸੀਂ ਸਾਡੇ ਨਾਲ ਸਿੱਧਾ ਜਿਹੜਾ ਸੰਪਰਕ ਹੈ ਛੋਟਾ ਛੋਟੀ ਜੀ ਅਸੀਂ ਵੀ ਮਦਦ ਲੋਕਾਂ ਦੀ ਕਰ ਦਿੰਦੇ ਹਾਂ। ਅਸੀਂ ਤੁਹਾਡਾ ਫੋਨ ਨੰਬਰ ਜ਼ਰੂਰ ਦੱਸੋ, ਕਿਉਂਕਿ ਮੈਨੂੰ ਲੱਗਦਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਆਏਗਾ ਜੋ ਗ੍ਰੰਥੀ ਸਾਹਿਬ ਨੇ, ਤਾਂ ਹੋ ਸਕਦਾ ਤੁਹਾਡੇ ਤੱਕ ਪਹੁੰਚ ਕਰਦੇ ਹੋਣ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਪੈਨਲ ਲਗਵਾਉਣਾ ਹੋਵੇ ਤਾਂ ਆਪਣਾ ਫੋਨ ਨੰਬਰ ਵੀ ਜ਼ਰੂਰ ਦੱਸੋ, ਅਸੀਂ ਸਕਰੀਨਸ 'ਤੇ ਵੀ ਜ਼ਰੂਰ ਦਿਖਾਵਾਂਗੇ। ਅਸੀਂ ਡੇਲੀ ਪੋਸਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਤੁਹਾਡੇ ਤੱਕ ਆਪਣਾ ਜਿਹੜਾ ਕੰਟੈਕਟ ਕਰਾਉਣ ਦੇ ਲਈ ਜਿਨ੍ਹਾਂ ਨੇ ਇਹਨਾਂ ਦੀ ਜਿਹੜੀ ਸੇਵਾ ਜਿਹੜੀ ਇਹ ਕਰ ਰਹੇ ਆ। ਜਿਹੜਾ ਸਾਡਾ ਫੋਨ ਨੰਬਰ ਹੈਗਾ ਜੀ ਉਹ ਹੈਗਾ ਜੀ 88639410000। ਜੇ ਤੁਸੀਂ ਸਾਡੇ ਨਾਲ ਸਿੱਧਾ ਡਾਇਰੈਕਟ ਸੰਪਰਕ ਕਰਨਾ ਚਾਹੁੰਦੇ ਹੋ ਤੁਸੀਂ 88639410000 'ਤੇ ਸਾਡੇ ਨਾਲ ਤੁਸੀਂ ਡਾਇਰੈਕਟ ਸਿੱਧਾ ਸੰਪਰਕ ਕਰ ਸਕਦੇ ਹੋ।
ਤਾਂ ਹੋਰ ਵੀ ਤੁਹਾਨੂੰ ਅਸੀਂ ਇਸ ਦੇ ਪ੍ਰਤੀ ਵੀ ਬੇਅਦਬੀ ਦੀਆਂ ਘਟਨਾਵਾਂ ਨੂੰ ਆਪਾਂ ਕਿਵੇਂ ਰੋਕ ਸਕਦੇ ਹਾਂ, ਅਸੀਂ ਇੱਕ ਉਪਰਾਲਾ ਫਾਊਂਡੇਸ਼ਨ ਵੀ ਇਸ ਦੇ ਪ੍ਰਤੀ ਬਣਾਈ ਹੈਗੀ ਆ। ਸੋ ਸਾਰੀ ਸੰਗਤ ਦਾ ਸਾਨੂੰ ਸਹਿਯੋਗ ਚਾਹੀਦਾ, ਅਸੀਂ ਇਕੱਲੇ ਨਹੀਂ ਐਡੇ ਵੱਡਾ ਕੰਮ ਕਰ ਸਕਦੇ, ਅਸੀਂ ਬੇਅਦਬੀਆਂ ਘਟਨਾਵਾਂ ਨੂੰ ਨਹੀਂ ਰੋਕ ਸਕਦੇ। ਸੋ ਸਾਰੀ ਸੰਗਤ ਦਾ ਸਾਨੂੰ ਸਾਥ ਚਾਹੀਦਾ ਹੈ ਤਾਂ ਜੋ ਆਪਾਂ ਰਲ ਮਿਲ ਕੇ ਅਗਨ ਭੇਟ ਦੀਆਂ ਘਟਨਾਵਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਜਿਹੜਾ ਰੋਕ ਸਕੀਏ। ਹਾਲਾਂਕਿ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਮਾਨਸਿਕਤਾ ਤੁਹਾਡੇ ਜਾਂ ਸਾਡੇ ਕਹਿਣ 'ਤੇ ਨਹੀਂ ਬਦਲਣੀ, ਪਰ ਅਸੀਂ ਘਟਨਾਵਾਂ ਨੂੰ ਕਿਵੇਂ ਰੋਕਣਾ ਹੈ ਉਸਦਾ ਜੋ ਇੱਕ ਉਪਰਾਲਾ, ਜੋ ਇੱਕ ਕਦਮ ਇਸ ਇੰਜੀਨੀਅਰ ਨੇ ਚੁੱਕਿਆ, ਤਾਂ ਤੁਸੀਂ ਤਮਾਮ ਉਹਨਾਂ ਇੰਜੀਨੀਅਰਸ ਨੂੰ ਵੀ ਖੁਸ਼ ਕੀਤਾ ਅੱਜ, ਜਿਨ੍ਹਾਂ ਨੂੰ ਮੈਨੂੰ ਲੱਗਦਾ ਨਿਕੰਮਾ ਕਿਹਾ ਜਾਂਦਾ, ਬਹੁਤ ਅੰਡਰ ਐਸਟੀਮੇਟ ਕੀਤਾ ਜਾਂਦਾ ਇੰਜੀਨੀਅਰਸ ਨੂੰ, ਤਾਂ ਬਹੁਤ ਧੰਨਵਾਦ ਜੋ ਤੁਸੀਂ ਕੀਤਾ, ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਪੰਜਾਬ ਦੇ ਸਾਰੇ ਉਹ ਲੋਕ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਸੁਣ ਰਹੇ ਨੇ, ਧੰਨਵਾਦ, ਬਹੁਤ ਬਹੁਤ ਸਮਾਂ ਦੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਡੇਲੀ ਪੋਸਟ ਦਾ, ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢਿਆ, ਤਾਂ ਸਾਡੀ ਜਿਹੜੀ ਆਵਾਜ਼ ਹੈ ਉਹ ਪੂਰੀ ਦੁਨੀਆ ਦੇ ਵਿੱਚ ਜਿਹੜੇ ਤੁਹਾਡੇ ਮਾਧਿਅਮ ਥਰੂ ਜਿਹੜੀ ਉਹ ਜਾ ਰਹੀ ਹੈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਪਰਵਿੰਦਰ ਸਿੰਘ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ, ਪੰਜਾਬੀ।